सात श्रीकाल तुम वेख रहे हो पंजाब मेल यू एस ए टी वी मैं हाँ संजीव यश खन्ना सवाल है एक बहुत वाला सवाल है अमेरिका अपनी पहली लेडी प्रेजिडेंट नासिल कर जा रहा है जो डोनल्ड ट्रंप की सैकेंड टर्मू हासिल कर जा रहा है दैट इज द बिग क्वेश्चन वेल यूनाइटेड स्टेट्स ऑफ अमेरिका गैट फस्ट वुमेन प्रेजीडेंट और ਸੈਕਿੰਡ 트럼ਪ ਟਰਮ ਇਹ ਬਹੁਤ ਵੱਡਾ ਸਵਾਲ ਹੈ ਔਰ ਇਸ ਦਾ ਜਵਾਬ ਦੇਣਾ ਹੈ ਸਾਰੇ ਅਮਰੀਕਨਸ ਨੇ ਨਵੰਬਰ 5 ਨੂੰ 5 ਨਵੰਬਰ ਨੂੰ ਯਾ ਇੰਡੀਆ ਇੰਟਰਨੈਸ਼ਨਲ ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ 2020 ਦੀ ਗੱਲ ਕਰਦੇ ਹਾਂ ਇੱਕ ਮੈਚ ਹੋਣ ਵਾਲਾ ਸੀ ਬੜਾ ਜ਼ਬਰਦਸਤ ਜੋ ਬਾਈਡਨ ਤੇ ਡੋਨਲਡ 트럼ਪ ਦੇ ਵਿੱਚ ਔਰ ਉਹ ਮੈਚ ਹੋਇਆ ਉਦੇ ਵਿੱਚ ਜੋ ਬਾਈਡਨ ਜੇਤੂ ਕਰਾਰ ਦਿੱਤੇ ਗਏ ਤੇ ਡੋਨਲਡ ਟਰੰਪ ਹਾਰ ਗਏ ਉਸ ਤੋਂ ਬਾਅਦ ਫਿਰ ਕਾਫੀ ਉੱਠਾ ਪਠਕ ਹੋਈ ਫੈਨਸ ਆ ਗਏ ਜੀ ਡੋਨਲਡ ਟਰੰਪ ਦੇ ਜਨਵਰੀ 6 ਦੀ ਘਟਨਾ ਆਪਾਂ ਅਕਸਰ ਯਾਦ ਕਰਦੇ ਰਹਿਨੇ ਆ ਫਿਰ ਆਇਆ ਜੀ 2024 ਇਹ ਜਿਹੜਾ ਮੈਚ 2020 ਵਾਲਾ ਸੀ ਇਹ ਰੀ ਮੈਚ ਹੋਣ ਵਾਲਾ ਸੀ ਦੁਬਾਰਾ ਫਿਰ ਉਹੀ ਉਹ ਪਲੇਅਰ ਆ ਗਏ ਖੇਡਣ ਵਾਸਤੇ ਜੋ ਬਾਈਡਨ ਤੇ ਡੋਨਲਡ ਟਰੰਪ ਪਰ ਫਿਰ ਕੁਝ ਹਾਲਾਤ ਇਦਾਂ ਦੇ ਬਣੇ ਡਿਬੇਟ ਸੇਤ ਨੂੰ ਲੈ ਕੇ ਗੱਲਾਂ तमाम तरह ਦੀਆਂ ਗੱਲਾਂ ਹਰ ਤਰ੍ਹਾਂ ਦੇ ਪੋਲੀਟੀਕਲ ਕਾਰਡਸ ਨਿਚੋੜੇ ਨਿਕਲਿਆ ਤੇ ਜੋ ਬਾਈਡਨ ਮੈਚ ਤੋਂ ਬਾਹਰ ਹੋ ਗਏ ਕਹਿੰਦੇ ਭਈ ਮੈਂ ਨਹੀਂ ਖੇਡਦਾ ਮੈਂ ਆਪਣੀ ਥਾਂ ਦੇ ਉੱਤੇ ਨਵਾਂ ਪਲੇਅਰ ਭੇਜ ਦਿੰਦਾ ਹੁਣ ਨਵਾਂ ਖਿਡਾਰੀ ਆਇਆ ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ ਤੇ ਜੋ ਬਾਈਡਨ ਹੁਣ ਗੱਦੀ ਸੰਭਾਲ ਕੇ ਬੈਠੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਤੇ ਆਪਣੀਆਂ ਕਾਰਗੁਜ਼ਾਰੀਆਂ ਦੇ ਰਹੇ ਨੇ ਤੇ ਨਾਲ ਕਮਲਾ ਹੈਰਿਸ ਨੂੰ ਹੱਲਾਸ਼ੇਰੀ ਵੀ ਦੇ ਰਹੇ ਨੇ ਜਿੱਦਾਂ ਉਹ ਦਰਸ਼ਕ ਬੈਠਦੇ ਹੁੰਦੇ ਨੇ ਨਾ ਆਪਣੀ ਜ਼ੋਨ ਦੇ ਵਿੱਚ ਬਹਿ ਕੇ ਖਿਡਾਰੀਆਂ ਨੂੰ ਬੈਕਅਪ ਕਰਦੇ ਨੇ ਲਾਈਕਵਾਇਸ ਸਪੋਰਟ ਕਰ ਰਹੇ ਨੇ ਕਮਲਾ ਹੈਰਿਸ ਨੂੰ ਔਰ ਹੋਰ ਵੀ ਬਹੁਤ ਸਪੋਰਟਰਜ਼ ਆਏ ਨੇ ਤੇ ਮੈਚ ਹੁਣ ਹੋਣ ਵਾਲਾ ਹੈ ਕਮਲਾ ਹੈਰਿਸ ਤੇ ਡੋਨਲਡ ਟਰੰਪ ਦੇ ਵਿੱਚ ਇੱਥੇ ਮੁਰ ਤੋਂ ਫੇਰ ਹੋਈਆਂ ਗੱਲਾਂ ਡਿਬੇਟ ਵੀ ਹੋਈ ਤੇ ਹੁਣ ਸਿਹਤ ਨੂੰ ਲੈ ਕੇ ਗੱਲਾਂ ਮੈਡੀਕਲ ਰਿਪੋਰਟਸ ਨੂੰ ਲੈ ਕੇ ਗੱਲਾਂ ਜਿਹੜੀਆਂ ਗੱਲਾਂ ਡੋਨਲਡ ਟਰੰਪ ਨੇ ਕਹੀਆਂ ਜੋ ਬਾਈਡਨ ਬਾਰੇ ਹੁਣ ਉਹੀਓ ਗੱਲਾਂ ਕਮਲਾ ਹੈਰਿਸ ਕੈਰੀਨ ਨੇ ਡੋਨਲਡ 트াম্প ਬਾਰੇ ਜਿੱਥੇ ਸਿਹਤ ਦੀ ਗੱਲ ਹੋ ਰਹੀ ਹੈ ਉੱਥੇ ਇਕਨੋਮੀ ਦੀ ਗੱਲ ਹੋ ਰਹੀ ਹੈ ਜਿੱਥੇ ਇਕਨੋਮੀ ਦੀ ਗੱਲ ਹੋ ਰਹੀ ਹੈ ਉੱਥੇ ਅਬੋਰਸ਼ਨ ਦਾ ਇਸ਼ੂ ਬਹੁਤ ਜ਼ਿਆਦਾ ਪੱਕ ਚੁੱਕਾ ਹੈ ਔਰ ਉਹ ਵੀ ਆਖਰੀ ਦਿਨਾਂ ਦੇ ਵਿੱਚ ਜਦੋਂ ਕੈਂਪੇਨ ਬਿਲਕੁਲ ਆਪਣੇ ਆਖਰੀ ਪੁਆਇੰਟ ਨੂੰ ਟੱਚ ਕਰਨ ਵਾਲੀ ਹੈ ਆ ਦੋ ਹਫ਼ਤੇ ਤੋਂ ਥੋੜੇ ਜਿ ਦਿਨ ਜ਼ਿਆਦਾ ਨੇ ਬਸ ਆਏ ਨਵੰਬਰ 5 ਦੇ ਉੱਤੇ ਇਲੈਕਸ਼ਨਸ ਲੈ ਕੇ ਯਾ ਸੋ ਇਹ ਰੀਮੈਚ ਨਹੀਂ ਹੋਇਆ ਪਰ ਹੁਣ ਡੋਨਲਡ 트ੰਪ ਤੇ ਕਾਮਲਾ ਹੈਰਿਸ ਦੇ ਵਿੱਚ ਜਿਹੜਾ ਮੈਚ ਹੋਣ ਵਾਲਾ ਹੈ ਉਹਦੇ ਵਿੱਚ ਕਿਹਨੇ ਜਿੱਤਣਾ ਹੈ ਤੇ ਕਿਹਨੇ ਹਾਰਨਾ ਹੈ ਇਹ ਬਿਗ ਕੁਐਸਚਨ ਹੈ ਹੁਣ ਇਸ ਕੁਐਸਚਨ ਦਾ ਆਨਸਰ ਤੇ ਆਪਣੇ ਕੋਲ ਉਦੋਂ ਹੀ ਆਣਾ ਹੈ ਨਾ ਜਦੋਂ ਨਵੰਬਰ 5 ਨੂੰ ਵੋਟਾਂ ਪੈ ਜਾਣੀਆਂ ਨੇ ਤਾਂ ਫਿਰ ਦੋਨੋਂ ਕੈਂਡੀਡੇਟਸ ਲੱਗੇ ਹੋਏ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਔਰ ਅਨਡਿਸਾਈਡਿਡ ਵੋਟਰਸ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਜਿਹੜੇ ਵੋਟਰ ਡਿਸਾਈਡ ਵੀ ਕਰ ਚੁੱਕੇ ਨੇ ਉਹਨਾਂ ਨੂੰ ਵੀ ਤੋੜ ਕੇ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਗੇਮ ਖੇਡੀ ਜਾ ਰਹੀ ਹੈ। ਯਾ ਆ ਦੇਖੋ ਹੁਣ ਡੋਨਲਡ 트੍ਰੰਪ ਮੈਕਡੋਨਲਡਸ ਗਏ ਹੋਏ ਨੇ। ਫ੍ਰੈਂਚ ਫ੍ਰਾਈਜ਼ ਵੰਡਦੇ ਪੈਣੇ, 버ਗਰ ਆਰਡਰ ਵੀ ਲੈਂਦੇ ਪੈਣੇ। ਕਹਿੰਦੇ ਆਈ ਲਵ ਦਿਸ ਜੌਬ। ਲੈ ਦੱਸੋ ਹੁਣ। ਹੁਣ ਜਿੱਦਾਂ ਇਹੀ ਜੌਬ ਕਰਨੀ ਆ ਉਹਨਾਂ ਨੇ ਜੇ ਕਿਤੇ ਇਲੈਕਸ਼ਨ ਹਾਰ ਗਏ। ਹੈ ਮੈਕਡੋਨਲਡ ਦੇ ਵਿੱਚ ਕੰਮ ਕਰਨਾ। ਤੇ ਉਧਰ ਕਮਲਾ ਹੈ ਜਿਸ ਕਹਿੰਦੇ ਨੇ ਮੈਂ ਤਾਂ ਮੈਕਡੋਨਲਡ ਦੇ ਵਿੱਚ ਕੰਮ ਕਰ ਚੁੱਕੀ ਆ। ਤੇ ਜੋ ਬਾइडਨ ਕਹਿੰਦੇ ਨੇ ਝੂਠ ਨਹੀਂ ਕੀਤਾ। ਚਲੋ खैर। ਹੋਛ ਸਕਦਾ ਉਹੀ ਚੈਲੰਜ ਕਰਨ ਵਾਸਤੇ ਕਿ ਤੁਸੀਂ ਕੰਮ ਕੀਤਾ ਤੇ ਮੈਂ ਵੀ ਕਰਕੇ ਦਿਖਾ ਦੇਣਾ ਐਂਡ ਮੈਕਡੋਨਲਡਸ ਦੇ ਵਿੱਚ ਜਾ ਕੇ ਮਤਲਬ ਇਹ ਹੈ ਕਿ ਉੱਥੇ ਵੀ ਖਵਾਣੀਆ ਫ੍ਰੈਂਚ ਫ੍ਰਾਈਜ਼ 버ਗਰ ਜੋ ਵੀ ਆਰਡਰ ਆਉਂਦੇ ਸੀ ਪਬਲਿਕ ਦੇ ਪਰ ਨਾਲ ਆਪਣੀ ਗੱਲ ਜ਼ਰੂਰ ਕਰਨੀ ਹੈ ਉਹ ਵੀ ਨਿੰਦਾ ਕਾਮਲਾ ਹੈਰਿਸ ਦੇ ਗਲਤ ਤਰ੍ਹਾਂ ਦੇ ਕਮੈਂਟਸ ਉਹ ਤਾਂ ਚੱਲੇਗਾ ਨਾ ਨਾਲ ਉਹ ਕਿੱਥੇ ਥੋੜਾ ਜਣਾ ਚਲਾ ਉਹ ਤਾਂ ਉੱਥੇ ਵੀ ਰਹਿਣਾ ਭਾਵੇਂ ਮੈਕਡੋਨਲਡਸ ਲੋਵੇ ਤੇ ਭਾਵੇਂ ਕਿਤੇ ਹੋਰ ਜਾ ਕੇ ਐਦਾਂ ਦਾ ਤਮਾਸ਼ਾ ਕਰਨਾ ਸ਼ੁਰੂ ਕਰ ਦੇਣ ਆਪਣੇ ਇੱਥੇ ਵੀ ਹੁੰਦਾ ਹੈ ਭਾਰਤ ਦੇ ਵਿੱਚ ਵੀ ਕੋਈ ਲੀਡਰ ਜਾ ਕੇ ਜਲੇਬੀਆਂ ਕੱਟਣਾ ਸ਼ੁਰੂ ਕਰ ਦਿੰਦਾ ਹੈ ਕੋਈ ਪਕੌੜੇ ਬਣਾਉਣੇ ਸ਼ੁਰੂ ਕਰ ਦਿੰਦਾ ਪਬਲਿਕ ਦੇ ਵਿੱਚ ਆਖਰੀ ਦਿਨਾਂ ਦੇ ਵਿੱਚ ਕਿਉਂਕਿ ਇਹ ਫਨ ਟਾਈਮ ਹੁੰਦਾ ਤਮਾਸ਼ੇ ਕਰਨੇ ਜ਼ਰੂਰੀ ਨੇ ਕਿ ਪਬਲਿਕ ਨੂੰ ਲੱਗੇ ਸਾਡੇ ਵਿੱਚੋਂ ਇੱਕ ਹੈ ਤਾਂ ਮੈਕਡੋਨਲਡਸ ਦੇ ਵਿੱਚ ਜਾ ਕੇ ਕਹਿੰਦੇ ਨੇ ਡੋਨਲਡ ਟਰੰਪ ਮੈਕਡੋਨਲਡ ਐਂਡ ਡੋਨਲਡ ਟਰੰਪ ਯਾ ਆਈ ਲਵ ਥਿਸ ਜੌਬ ਓਕੇ ਪਰ ਉੱਥੇ ਵੀ ਉਹ ਜਿਹੜੀ ਬਾਰੀ ਹੈ ਨਾ ਸਰਵਿਸ ਵਿੰਡੋ ਉੱਥੇ ਬਾਰ-ਬਾਰ ਪੱਤਰਕਾਰ ਆ ਕੇ ਯੈਸ ਸਰ ਫਿਰ ਇੱਕ ਦੂਜਾ ਦਾ ਮੂੰਹ ਕੱਢ ਕੇ ਯੈਸ ਸਰ ਉਹ ਵੀ ਆਪਣੇ ਆਪਣੇ ਸਵਾਲ ਦੇ ਹੀ ਜਾਂਦੇ ਨੇ ਉਹ ਵੀ ਆਪਣੇ ਸਵਾਲ ਦੇ ਆਰਡਰਸ ਪਲੇਸ ਕਰਦੇ ਨੇ ਉਹਦਾ ਵੀ ਜਵਾਬ ਨਾਲ ਨਾਲ ਦਿੰਦੇ ਪਏ ਨੇ ਡੋਨਲਡ ਟਰੰਪ ਨਿੰਦਾ ਉਹ ਸ਼ਬਦ ਜਿਹੜੇ ਨਹੀਂ ਬੋਲਨੇ ਚਾਹੀਦੇ ਉਹ ਵੀ ਨਾਲ ਚੱਲਦਾ ਸੋ ਉਹ ਵੀ ਸਰਵਿਸ ਨਾਲ ਚਲਦੀ ਪਈ ਹੈ ਖਾਣ ਪੀਣ ਦੀ ਸਰਵਿਸ ਵੀ ਨਾਲ ਚਲਦੀ ਪਈ ਹੈ ਕਿਉਂਕਿ ਗਾਹਕ ਦੇ ਮੁਤਾਬਿਕ ਹੈ ਨਾ ਜੇ ਕਿਸੇ ਨੇ ਪੀਜ਼ਾ ਬਰਗਰ ਜੋ ਵੀ ਵਾਟ ਐਵਰ ਫ੍ਰੈਂਚ ਫ੍ਰਾਈਜ਼ ਜੋ ਆਰਡਰ ਕੀਤਾ ਉਹ ਉਹ ਦੇ ਦਿੱਤਾ ਜੇ ਕਿਸੇ ਪੱਤਰਕਾਰ ਨੇ ਕਿਸੇ ਸਵਾਲ ਦਾ ਆਰਡਰ ਕੀਤਾ ਉਹਦਾ ਜਵਾਬ ਦੇ ਦਿੱਤਾ ਦੋਵੇਂ ਚੀਜ਼ਾਂ ਇਕੱਠੀਆਂ ਚਲਦੀਆਂ ਪਈਆਂ ਨੇ ਸੋ ਮੈਕਡੋਨਲਡ ਦੇ ਵਿੱਚ ਡੋਨਲਡ ਟਰੰਪ ਕਰਿਸ਼ਮਾ ਦਿਖਾਉਂਦੇ ਪਏ ਨੇ ਤੇ ਉਧਰ ਕਾਮਲਾ ਹੈਰਿਸ 60 ਸਾਲ ਦੇ ਹੋ ਗਏ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਕਮਿਊਨਿਟੀ ਦੇ ਵਿੱਚ ਜਾ ਕੇ ਚਰਚ ਦੇ ਵਿੱਚ ਜਾ ਕੇ तमाम ਉਹ ਸਾਰੀਆਂ ਗੱਲਾਂ ਆਪਣੇ ਸਪੋਰਟਰਸ ਦੇ ਵਿੱਚ ਸਵਿੰਗ ਸਟੇਟਸ ਦੇ ਵਿੱਚ ਮਤਲਬ ਜਿੱਥੇ ਵੀ ਉਹਨਾਂ ਨੂੰ ਲੱਗਦਾ ਕਿ ਮੈਨੂੰ ਜਾਣਾ ਚਾਹੀਦਾ ਹੈ ਉਹ ਜਾਂਦੇ ਨੇ ਸੋ ਪਬਲਿਕ ਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾ ਕੇ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਔਰ ਇੱਕ ਫੇਥ ਰਿਲੀਜਨ ਦੇ ਵਿੱਚ ਦਿਖਾਣੀ ਕਮਿਊਨਿਟੀ ਦੇ ਰਿਲੀਜਨ ਦੇ ਵਿੱਚ ਦਿਖਾਣੀ ਥੈਟਸ ਅ ਬਿਗ ਥਿੰਗ ਮਤਲਬ ਇਹ ਆ ਕਿ ਜਦੋਂ ਤੁਸੀਂ ਡੈਮੋਕ੍ਰੇਸੀ ਦੇ ਵਿੱਚੋਂ ਤਾਂ ਮਲਟੀ ਕਲਚਰਲ ਸੋਸਾਇਟੀ ਹੁੰਦੀ ਆ ਮਲਟੀ ਫੇਥ ਸੋਸਾਇਟੀ ਹੁੰਦੀ ਆ ਮਲਟੀ ਲੈਂਗੁਏਜ ਸੋਸਾਇਟੀ ਹੁੰਦੀ ਆ ਮਲਟੀ ਵੈਲਿਊਜ਼ ਸੋਸਾਇਟੀ ਹੁੰਦੀ ਮਤਲਬ ਹਰ ਤਾਂ ਦੇ ਉੱਤੇ ਮਲਟੀ ਮਲਟੀ ਹੋਂਦਾ ਡੈਮੋਕ੍ਰੇਸੀ ਹਨ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜੇ ਹੁੰਦੇ ਨੇ ਇਸ ਬਾਗੀਚੇ ਦੇ ਵਿੱਚ ਸਭ ਦੀ ਵੱਖ-ਵੱਖ ਖੁਸ਼ਬੂ ਵੱਖ-ਵੱਖ ਰੰਗਤ ਉਹਨਾਂ ਸਭ ਨੂੰ ਉਹਨਾਂ ਦੀ ਨੈਚੁਰਲ ਕਲਾਈਮੇਟ ਦੇ ਕੇ ਉਹਨਾਂ ਨੂੰ ਉਦਾਂ ਹੀ ਹੱਸਦੇ ਖੇਡਦੇ ਖਿੜੇ ਹੋਏ ਰੱਖਣਾ ਥੈਟ ਇਜ਼ ਡੈਮੋਕ੍ਰੇਸੀ ਸੋ ਇਹ ਮਲਟੀ 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 ਸਾਰੀ ਮਲਟੀ ਮਲਟੀ ਦੇ ਵਿੱਚ ਜਾ ਕੇ ਉਹ ਆਪਣਾ ਫੇਥ ਆਪਣਾ ਪਿਆਰ ਵੰਡਦੇ ਪਏ ਨੇ ਇਹ ਉਹਨਾਂ ਦਾ ਤਰੀਕਾ ਹੈ ਆਪਣਾ ਬਰਥਡੇ ਸੈਲੀਬ੍ਰੇਟ ਕਰਨ ਦਾ ਨਾਲ ਲੇਟ ਨਾਈਟ ਸ਼ੋਜ਼ ਟੀਵੀ ਸ਼ੋਜ਼ ਪੋਡਕਾਸਟ ਹੋਰ ਵੀ ਤਰ੍ਹਾਂ ਨਾਲ ਮੀਡੀਆ ਦਾ ਇਸਤੇਮਾਲ ਇਹ ਵੀ ਨਾਲ ਕਰਦੇ ਪਏ ਨੇ ਰੈਲਿਸ ਕੈਂਪੇਨਸ ਵੀ ਨਾਲ ਚਲਤੀਆਂ ਪਈਆਂ ਨੇ ਔਰ ਡੋਨਲਡ ਟਰੰਪ ਵੀ ਇਹ ਸਭ ਕਰਦੇ ਪਏ ਯਾ ਗੱਲਾਂ ਤੇ ਬਾਤਾਂ ਉਹੀ ਨੇ ਬਟ ਥੋੜਾ ਥੋੜਾ ਸਟਾਈਲ ਬਦਲਦਾ ਪਿਆ ਕਿਉਂਕਿ ਜਿਉਂ-ਜਿਉਂ ਇਲੈਕਸ਼ਨਸ ਨੇੜੇ ਆਉਂਦੇ ਨੇ ਓ ਤਿਉਂ ਸਟ੍ਰੈਟਜੀ ਬਦਲਦੀ ਆ ਕਿਉਂਕਿ ਜਿਹੜੇ ਲਾਸਟ ਟਾਈਮ ਦੇ ਪ੍ਰੈਸ਼ਰਸ ਹੁੰਦੇ ਨੇ ਉਹਨਾਂ ਨੂੰ ਕਿੱਦਾਂ ਤੁਸੀਂ ਫਿਕਸ ਕਰਨਾ ਕਿੱਦਾਂ ਤੁਸੀਂ ਸੋਲਵ ਕਰਨਾ ਬਹੁਤ ਜ਼ਿਆਦਾ ਨੀਸੈਸਰੀ ਹੁੰਦਾ ਸੋ ਇਹ ਸਭ ਚੀਜ਼ਾਂ ਦੇਖਦੇ ਹੋਏ ਸਾਰੇ ਸੋਚਦੇ ਨੇ ਕਿ ਜੇ ਆਪਾਂ 3 ਸਾਲ ਪਿੱਛੇ ਝਾਤ ਮਾਰੀਏ ਤਾਂ ਉਦੋਂ ਅਮਰੀਕਾ ਕਿੱਦਾਂ ਦਾ ਸੀ ਤੇ ਅੱਜ ਦੀ ਡੇਟ ਦੇ ਵਿੱਚ ਅਮਰੀਕਾ ਕਿੱਦਾਂ ਦਾ ਹੈ ਇਹ 2024 ਦਾ ਜਿਹੜਾ ਸਾਲ ਚੜਿਆ ਹੈ ਇਲੈਕਸ਼ਨ ਇਅਰ ਪੂਰੀ ਦੁਨੀਆ ਦੇ ਵਿੱਚ ਵੀ ਇਲੈਕਸ਼ਨਸ ਹੋਈਆਂ ਨੇ 60 ਤੋਂ ਵੱਧ ਕੰਟਰੀਜ਼ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਵੀ ਇਲੈਕਸ਼ਨਸ ਹੁੰਦੀਆਂ ਪਈਆਂ ਨੇ ਇਹ ਸਾਲ ਦੇ ਵਿੱਚ ਕੀ ਫਰਕ ਆ ਗਿਆ ਪਿਛਲੇ 3 ਸਾਲਾਂ ਨਾਲੋਂ ਯਾ ਇਹ ਚੀਜ਼ ਦੇਖਦੀ ਪਈ ਹੈ ਸੋਸਾਇਟੀ ਕਿਉਂਕਿ ਇਹ ਬਹੁਤ ਵੱਡਾ ਕੁਐਸਚਨ ਹੈ ਇੱਕ ਸਾਲ ਦੇ ਵਿੱਚ ਕਿਹੜਾ ਚੇਂਜ ਆਇਆ ਕਿਹੜਾ ਬਦਲਾਅ ਆਇਆ ਔਰ ਨਾਲੇ ਵੀ ਆ ਕਿ ਇਸ ਇਲੈਕਸ਼ਨਸ ਦੇ ਕੀ ਰਿਜ਼ਲਟ ਹੋਣਗੇ ਇਹਦੇ ਉੱਤੇ ਵੀ ਪੂਰੀ ਨਜ਼ਰ ਹੈ ਅਮਰੀਕਾ ਦੀਆਂ ਸਾਰੀਆਂ ਪਾਰਟੀਆਂ ਦੀ ਸਾਰੇ ਸਿਟੀਜ਼ਨਸ ਦੀ ਔਰ ਜੋ ਅਮਰੀਕਾ ਦੇ ਭਾਈਵਾਲ ਨੇ ਐਲਾਈਜ਼ ਨੇ ਉਹ ਵੀ ਕਿਉਂਕਿ ਕੌਣ ਆਏਗਾ ਕੌਣ ਨਹੀਂ ਆਏਗਾ ਉਹਦੇ ਉੱਤੇ ਡਿਪੈਂਡ ਕਰਦੀਆਂ ਨੇ ਸਾਰੀਆਂ ਪਾਲਿਸੀਜ਼ ਕਿ ਬਾਕੀ ਸਾਰੀ ਫੇ ਇੰਟਰਨੈਸ਼ਨਲ ਗੇਮ ਕਿਵੇਂ ਖੇਡਣੀ ਹੈ ਇਸ ਕਰਕੇ ਸਭ ਦਾ ਧਿਆਨ ਲੱਗਾ ਹੋਇਆ ਹੈ ਔਰ ਅਮਰੀਕਾ ਦੇ ਉਹ ਵੋਟਰਸ ਜੋ ਬਿਲੋਂਗ ਅਮਰੀਕਾ ਤੋਂ ਕਰਦੇ ਨੇ ਅਮਰੀਕਾ ਦੇ ਹੀ ਸਿਟੀਜ਼ਨਸ ਨੇ ਪਰ ਵਿਦੇਸ਼ਾਂ ਚ ਜਾ ਕੇ ਵਸੇ ਹੋਏ ਨੇ ਜਿਵੇਂ ਭਾਰਤ ਤੋਂ ਜਾ ਕੇ ਅਮਰੀਕਾ ਵਸੀ ਦਾ ਉਹਦਾ ਅਮਰੀਕਨਸ ਵੀ ਤਾਂ ਬਾਹਰ ਕਿਤੇ ਵਸਦਾ ਹੀ ਹੋਣਗੇ ਉਹਨਾਂ ਵੋਟਰਸ ਦਾ ਕੀ ਕੀਤਾ ਜਾਏ ਉਹਨਾਂ ਦੀਆਂ ਵੋਟਸ ਕਿੱਦਾਂ ਆਪਣੇ ਹਿੱਸੇ ਚ ਲੈ ਕੇ ਆਈਆਂ ਜਾਣ ਇਹਦੇ ਉੱਤੇ ਵੀ ਕੰਮ ਹੁੰਦਾ ਪਿਆ ਥਾਂ-ਥਾਂ ਤੇ ਲੀਡਰਸ ਜਾਂਦੇ ਪੈਣੇ ਸੋ ਬਹੁਤ ਟੇਢੀ ਖੀਰ ਹੈ ਭਾਰਤ ਦੇ ਵਿੱਚ ਵੀ ਅਮਰੀਕਨਸ ਹੋਣਗੇ ਕਈ ਹੋਣਗੇ ਜੋ ਆਏ ਹੋਣਗੇ ਉਹਨਾਂ ਦੀਆਂ ਵੋਟਾਂ ਸੋ ਕਈ ਗੋਰੇ ਹੋਣਗੇ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀਆਂ ਵੋਟਾਂ ਇਸ ਚੀਜ਼ ਨੂੰ ਵੀ ਦੇਖਣਾ ਹੈ ਨਾ ਸੋ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਿਵੇਂ ਲਿਆਇਆ ਜਾਏ ਇਹ ਵੀ ਚੀਜ਼ ਆ ਨਾਲ ਇਹਦੇ ਇੱਕ ਹੋਰ ਆ ਖਾਸ ਕਰਕੇ ਕਿ ਜਿਹੜੇ ਡੈਮੋਕ੍ਰੇਟਸ ਨੇ ਉਹ ਕਾਮਲਾ ਹੈਰਿਸ ਨੂੰ ਲੈ ਕੇ ਦੇ ਆਰ ਟ੍ਰੈਡੀਸ਼ਰ ਦੇ ਆਰ ਸੈਲੀਬ੍ਰੇਟਿੰਗ ਜੋਏ ਹੋਪ ਜੋਏ ਜੋਏ ਤੋਂ ਵੈਸੀ ਕਰਦੇ ਰਹਿੰਦੇ ਨੇ ਆਪਣੀ ਸਾਰੀ ਕੈਂਪੇਨ ਦੇ ਵਿੱਚ ਜੋਏ ਵੰਡਦੇ ਪਏ ਆ ਜੋਏ ਵੰਡਦੇ ਪਏ ਆ ਠੀਕ ਹੈ ਜੀ ਵੰਡੋ ਪਰ ਉਹ ਜੋਏ ਦੀਆਂ ਡਿਟੇਲਸ ਉਹ ਕੋਈ ਵੀ ਨਹੀਂ ਦਿੰਦਾ ਨਾ ਡੋਨਲਡ ਟਰੰਪ ਦਿੰਦੇ ਨੇ ਨਾ ਕਾਮਲਾ ਹੈਰਿਸ ਦਿੰਦੇ ਨੇ ਉਹ ਡਿਟੇਲਸ ਦਾ ਮਤਲਬ ਇਹ ਹੈ ਕਿ ਸੁਪਨੇ ਸਾਰੇ ਦਿਖਾਉਂਦੇ ਪਏ ਨੇ ਭਈ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਅੱਗੋਂ ਪਬਲਿਕ ਪੁੱਛਦੀ ਆ ਕਿੱਦਾਂ ਕਿੱਦਾਂ ਕਰੋਗੇ ਕਿਉਂਕਿ ਹਰ ਇੱਕ ਕੰਮ ਨੂੰ ਕਰਨ ਵਾਸਤੇ ਕੋਈ ਰਿਸੋਰਸਸ ਵੀ ਚਾਹੀਦੇ ਨੇ ਫੰਡਸ ਵੀ ਚਾਹੀਦੇ ਨੇ ਕਿੱਦਾਂ ਚੁੱਪ ਡਿਟੇਲਸ ਨਹੀਂ ਉਹ ਉਦੋਂ ਖੋਲਾਂਗੇ ਜਦੋਂ ਇਲੈਕਸ਼ਨ ਤੋਂ ਬਾਅਦ ਕੌਣ ਜਿੱਤਦਾ ਹੈ ਤਾਂ ਖੋਲਾਂਗੇ ਆਪਣੇ ਕਾਰਡ ਤਾਂ ਮੁੱਠੀ ਖੋਲਾਂਗੇ ਉਦੋਂ ਤੱਕ ਮੁੱਠੀ ਬੰਦ ਹੈ ਇੱਕ ਇਹ ਵੀ ਚੀਜ਼ ਫੈਕਟਰ ਕਾਮਨ ਹੈ ਦੋਵੇਂ ਪਾਰਟੀਆਂ ਦੇ ਵਿੱਚ ਇਸ ਚੀਜ਼ ਨੂੰ ਪਬਲਿਕ ਪਸੰਦ ਨਹੀਂ ਕਰਦੀ ਡਾਈਜੈਸਟ ਨਹੀਂ ਕਰਦੀ ਬਈ ਆ ਕੀ ਹੋਇਆ ਸਭ ਕੁਝ ਖੁੱਲ ਕੇ ਦੱਸੋ ਨਾ ਇਹਦਾ ਮਤਲਬ ਯੂ ਡੋਟ ਹੈਵ ਐਨੀ ਪਲਾਨ ਐਵੇਂ ਹੀ ਹਵਾ ਚੀਂ ਖੈਰ ਡਿਫਰੈਂਟ ਸਟੋਰੀ ਆ ਡਿਫਰੈਂਟ ਸਟੋਰੀ ਖੁੱਲੇਗੀ ਦੇਖੋ ਕਿੱਦਾਂ ਖੁੱਲਦੀ ਹੈ ਪਰ ਫਿਲਹਾਲ ਜਿਹੜੇ ਵੋਟਰਸ ਥਾਂ ਥਾਂ ਤੇ ਬੈਠੇ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਆਪਣੇ ਵੱਲ ਕਿਦਾਂ ਲੈ ਕੇ ਆਉਣਾ ਇੱਕ ਇਹ ਵੀ ਖਾਸ ਕਰਕੇ ਮਿਲਦਾ ਹੈ ਅਸਰ ਦੇਖਣ ਨੂੰ ਤੇ ਡੋਨਲਡ ਟਰੰਪ ਦੇ ਕੈਂਪ ਦੇ ਵਿੱਚ ਡੋਨਲਡ ਟਰੰਪ ਦੀ ਜਿੱਤ ਨੂੰ ਲੈ ਕੇ ਸਭ ਕਿੰਨੇ ਖੁਸ਼ ਨੇ ਜਾਂ ਕਿੰਨੇ ਕਿ ਸ਼ੋਰ ਦੇ ਇਹਦੇ ਬਾਰੇ ਵੀ ਮਿਲੀਆਂ ਜੁਲੀਆਂ ਰਿਪੋਰਟਸ ਮਿਲਦੀਆਂ ਨੇ ਯਾ ਕਮਲਾ ਹੈਰਿਸ ਦੇ ਬਾਰੇ ਉਹਨਾਂ ਦੀ ਪਾਰਟੀ ਜ਼ਿਆਦਾ ਸ਼ੋਰ ਆ ਉਹਨਾਂ ਨੂੰ ਜ਼ਿਆਦਾ ਉਮੀਦ ਹੈ ਕਿ ਲੋਕ ਉਹਨਾਂ ਨੂੰ ਵੋਟ ਪਾਉਣਗੇ ਹਾਲਾਂਕਿ ਆ ਕਹਿੰਦੇ ਨੇ ਜਿਹੜੇ ਡੋਨਲਡ 트ੰਪ ਦੇ ਕੈਂਪ ਵਾਲੇ ਨੇ ਕਹਿੰਦੇ ਨਹੀਂ ਨਹੀਂ ਐ ਤੋ ਨਹੀਂ ਲੱਗਦਾ इवन ਕਈ ਜਿਹੜੇ ਇੰਡੀਅਨ ਜਾ ਕੇ ਅਮਰੀਕਾ ਚ ਰਹਿੰਦੇ ਪਏ ਨੇ ਔਰ ਕਾਮਲਾ ਹੈਰਿਸ ਵਾਸਤੇ ਕੰਮ ਕਰਦੇ ਪਏ ਨੇ ਉਹਨਾਂ ਨੂੰ ਜੇ ਪੁੱਛਿਆ ਜਾਵੇ ਤਾਂ ਉਹ ਵੀ ਕਹਿੰਦੇ ਨੇ ਕਿ ਪਤਾ ਨਹੀਂ ਇੰਡੀਅਨ ਕਮਿਊਨਿਟੀ ਦੇ ਮਨ ਦੇ ਵਿੱਚ ਕੀ ਚੱਲਦਾ ਪਿਆ ਕਾਮਲਾ ਹੈਰਿਸ ਜਾਂ ਡੋਨਲਡ 트ੰਪ ਕਾਰਨ ਇਹ ਆ ਕਿ ਇਸ ਵਕਤ ਸਿਚੁਏਸ਼ਨ ਪੂਰੀ ਦੁਨੀਆ ਦੀ ਇਹ ਬਣੀ ਹੋਈ ਹੈ ਖਾਸ ਕਰਕੇ ਇਕਨੋਮੀ ਨੂੰ ਲੈ ਕੇ ਕਿ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ इवन ਇਨਵੈਸਟਰਸ ਨੂੰ ਕੁਝ ਤਾਂ ਨਹੀਂ ਆ ਰਿਹਾ ਇਸ ਕਰਕੇ ਇਨਵੈਸਟਮੈਂਟਸ ਨਹੀਂ ਹੈ ਰੁਕੀਆਂ ਹੋਈਆਂ ਆਪਾਂ ਜੌਬ ਮਾਰਕੀਟ ਦੀ ਵੀ ਗੱਲ ਕਰਨੀ ਆ ਪਰ ਇਸ ਵਕਤ ਜੋ ਪੋਲਿਟੀਕਲ ਗੱਲ ਇਹ ਹੋ ਰਹੀ ਆ ਕਿ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਇਸ ਕਰਕੇ ਕੈਂਡੀਡੇਟਸ ਜਿਹੜੇ ਜਿਹੜੇ ਜਿੱਥੇ ਜਿੱਥੇ ਜਾ ਕੇ ਪਬਲਿਕ ਦੇ ਵਿੱਚ ਐਡਰੈਸ ਕਰਦੇ ਨੇ ਉਹਨਾਂ ਦੇ ਐਡਵਾਈਜ਼ਰ ਉਹਨਾਂ ਨੂੰ ਇਹ ਵੀ ਕਹਿੰਦੇ ਨੇ ਵੀ ਕੋਈ ਐਦਾਂ ਦਾ ਵਾਅਦਾ ਨਾ ਕਰ ਆਈਓ ਜਿਹੜਾ ਬਾਅਦ ਚ ਪੂਰਾ ਨਾ ਕਰ ਸਕੀਏ ਤੇ ਆਪਾਂ ਝੂਠੇ ਪੈ ਜਾਈਏ ਕਿਉਂਕਿ ਇਸ ਵਕਤ ਕੁਝ ਨਹੀਂ ਪਤਾ ਹਾਲਾਤ ਕਿੰਦੇ ਦਰ ਜਾ ਰਹੇ ਨੇ ਖਾਸ ਕਰਕੇ ਇਕਨੋਮੀ ਦੇ ਸੋ ਐਸੇ ਕਰਕੇ ਡਿਟੇਲਸ ਨਹੀਂ ਦਿੱਤੀਆਂ ਜਾ ਰਹੀਆਂ ਸੋ ਦੈਟ ਇਜ਼ ਵਾਈ ਵਾਰਸ ਦਾ ਇਸ਼ੂ ਨੂੰ ਵੀ ਬਹੁਤ ਚੁੱਕਿਆ ਜਾ ਰਿਹਾ ਹੈ। ਔਰ ਐਕਸਪਰਟ ਸੇ ਮੰਨਦੇ ਨੇ ਕਿ ਜੇ ਵਾਰਸ ਦੇ ਇਸ਼ੂ ਨੂੰ ਦੇਖਿਆ ਜਾਵੇ ਨਾ ਤਾਂ ਜੋ ਇਜ਼ਰਾਈਲ ਦੀ ਵਾਰ ਹੈ ਜਿਦੇ ਵਿੱਚ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਹੈ ਇਹ ਕਿਤੇ ਇਲੈਕਸ਼ਨਸ ਦੇ ਉੱਤੇ ਭਾਰੀ ਨਾ ਪੈ ਜਾਵੇ। ਜੋ ਬਾਈਡਨ ਦੇ ਪ੍ਰਸ਼ਾਸਨ ਦੇ ਉੱਤੇ ਕਿਤੇ ਭਾਰੀ ਨਾ ਪੈ ਜਾਵੇ ਕਿਉਂਕਿ ਇਹ ਨਤਨਯਾਹੁ ਬਾਈਡਨ ਦੀ ਗੱਲ ਕਿਤੇ ਨਾ ਕਿਤੇ ਕੱਟਦੇ ਨੇ ਮੰਨਦੇ ਨਹੀਂ। ਔਰ ਅੰਦਰ ਖਾਤੇ ਦੀ ਰਿਪੋਰਟ ਇਹ ਵੀ ਹੈ ਕਿ ਸ਼ਾਇਦ ਇਜ਼ਰਾਈਲ ਤਿਆਰੀ ਕਰਦਾ ਪਿਆ ਹੈ ਈਰਾਨ ਦੇ ਉੱਤੇ ਹਮਲਾ ਕਰਨ ਦੀ ਔਰ ਇਹਨਾਂ ਸਭ ਕੰਨਾਂ ਦਾ ਵੋਟਸ ਦੇ ਰਿਜ਼ਲਟ ਦੇ ਉੱਤੇ ਕੀ ਅਸਰ ਪਏਗਾ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਇਹਨਾਂ ਗੰਨਾਂ ਨੂੰ ਕੈਲਕੂਲੇਸ਼ਨਸ ਕੀਤੀਆਂ ਜਾ ਰਹੀਆਂ ਨੇ ਔਰ ਇਸ ਚੀਜ਼ ਨੇ ਵੀ ਪਰੇਸ਼ਾਨ ਕਰਦੀ ਹੈ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੂੰ ਪੂਰੀ ਪਰੇਸ਼ਾਨੀ ਹੈ ਨਿਊਕਲੀਅਰ ਵਾਰ ਦੀ ਗੱਲ ਉਹ ਵੀ ਨਾਲੇ ਦੇ ਜੁੜਦੀ ਹੈ ਸੋ ਕੁੱਲ ਬਿਲਾ ਕੇ ਇਹ ਸਿਚੁਏਸ਼ਨ ਜਿਹੜੀ ਹੈ ਨਾ ਕਾਫੀ ਟੈਂਸਾ ਇਸ ਕਰਕੇ ਹੀ ਅਮਰੀਕਾ ਦੇ ਸਾਰੇ ਲੋਕ ਤੇ ਅਮਰੀਕਾ ਦੇ ਜਿਹੜੇ ਭਾਈਵਾਲ ਦੂਸਰੇ ਮੁਲਕ ਨੇ ਫੋਰਨ ਪੋਲਿਸੀ ਉਹ ਇਸ ਰਿਜ਼ਲਟ ਦੇ ਉੱਤੇ ਖਾਸ ਨਜ਼ਰ ਰੱਖ ਕੇ ਬੈਠੇ ਨੇ ਇੱਕ ਬੜੀ ਸੋਹਣੀ ਐਡਵਾਈਸ ਹੈ ਉਹ ਵੀ ਅਪਾ ਐਡਵਾਈਸ ਦੇਣੀ ਹੈ ਉਹ ਐਡਵਾਈਸ ਇਹ ਹੈ ਕਿ ਜਦੋਂ ਤੱਕ ਨਾ ਤੁਸੀਂ ਪੂਰੇ ਸ਼ੋਰ ਨਾ ਹੋ ਜਾਓ ਆਪਣੀ ਸਫਲਤਾ ਨੂੰ ਲੈ ਕੇ ਉਦੋਂ ਤੱਕ ਸ਼ੈਂਪੇਨ ਨਹੀਂ ਖੋਲਣੀ ਚਾਹੀਦੀ ਕਈ ਲੋਕ ਨਾ ਰਿਜ਼ਲਟ ਤੋਂ ਪਹਿਲਾਂ ਹੀ ਸ਼ੈਂਪੇਨਸ ਖੋਲ ਕੇ ਇੰਜੋਏ ਕਰਦੇ ਨੇ ਬਾਅਦ ਵਿੱਚ ਦੇਖਦੇ ਨੇ ਭਈ ਇਹ ਤਾਂ ਐਵੇਂ ਖਰਚਾ ਪੈ ਗਿਆ ਰਿਜ਼ਲਟ ਤਾਂ ਆਏ ਨਹੀਂ ਜਿਹੜੇ ਅਸੀਂ ਐਕਸਪੈਕਟ ਕਰਦੇ ਸੀ ਜਾਂ 2020 ਦੀ ਗੱਲ ਰਸ਼ੀਆ ਚਾਹੁੰਦੇ ਇਹ ਸੀ ਕਿ ਡੋਨਲਡ ਟਰੰਪ ਜਿੱਤ ਜਾਣ ਔਰ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਯੂ ਐਸ ਤੇ ਰਸ਼ੀਆ ਦੇ ਰਿਲੇਸ਼ਨਸ ਵਾਸਤੇ ਇਹ ਚੀਜ਼ ਉਹਨਾਂ ਨੂੰ ਠੀਕ ਲੱਗੀ ਉਹਨਾਂ ਦੇ ਕੈਲਕੂਲੇਸ਼ਨਸ ਉਸ ਵਕਤ ਇਹ ਸੀਗੀਆਂ ਪਰ ਪਾਰਟੀ ਵੀ ਹੋ ਗਈ ਪਾਰਟੀ ਸ਼ਾਰਟੀ ਵੀ ਹੋ ਗਈ ਸ਼ੈਂਪੀਅਨਸ ਵੀ ਖੁੱਲ ਗਈਆਂ ਰਿਜ਼ਲਟ ਇਹ ਆ ਗਿਆ ਕਿ ਜੋ ਬਾਈਡਨ ਜਿੱਤ ਗਏ ਉਹ ਯਾਰ ਐਨਾ ਖਰਚਾ ਹੋ ਗਿਆ ਸੋ ਇਸ ਕਰਕੇ ਸਿਆਣੇ ਕਹਿੰਦੇ ਨੇ ਰਿਜ਼ਲਟ ਤੋਂ ਪਹਿਲਾਂ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਰਿਜ਼ਲਟ ਆ ਜਾਵੇ ਉਦੋਂ ਮਨਾਓ ਔਰ ਉਹ ਵੀ احتیاط ਵਰਤ ਕੇ ਥੋੜੀ ਮर्यादा ਦੇ ਵਿੱਚ ਸੋ ਇਸ ਵਕਤ ਜੋ ਰਸ਼ੀਆ ਦੀ ਐਡਮਿਨਿਸਟ੍ਰੇਸ਼ਨ ਆ ਉਹ ਬਿਲਕੁਲ ਅਲਰਟ ਆ ਉਹ ਕਹਿੰਦੇ ਨਹੀਂ ਬਈ ਪਹਿਲਾਂ ਰਿਜ਼ਲਟ ਆ ਲੈਣ ਤਾਂ ਖੈਰ ਇਹ ਤੇ ਮਜ਼ਾਕ ਦੀ ਗੱਲ ਹੋ ਗਈ ਰਿਜ਼ਲਟ ਇਹ ਹੈ ਕਿ ਯੂ ਐਸ ਤੇ ਰਸ਼ੀਆ ਦੇ ਰਿਲੇਸ਼ਨਸ ਖਟਾਈਚ ਨੇ ਥੋੜੇ ਉਹਨਾਂ ਨੂੰ ਸੁਧਾਰਿਆ ਕਿਵੇਂ ਜਾਵੇ ਇਹਦੇ ਉੱਤੇ ਗੱਲਬਾਤ ਹੋਣੀ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜੇ ਬਣਦੇ ਨੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਉਹਨਾਂ ਦੇ ਵਾਸਤੇ ਇੱਕ ਪੋਜ਼ਿਟਿਵ ਸਾਈਡ ਹੋ ਸਕਦੀ ਹੈ ਜੇ ਬਣਦੇ ਨੇ ਕਮਲਾ ਹੈਰਿਸ ਤਾਂ ਫਿਰ ਸੇਮ ਪਾਲਿਸੀ ਚੱਲੇਗੀ ਨਾ ਜੋ ਜੋ ਬਾਈਡਨ ਦੀ ਹੈ ਖੈਰ ਉਹ ਵੀ ਮਾੜੀ ਨਹੀਂ ਹੈ इंटरैशनल रिलेशन सारे बना के रखना चाहते हैं और सारे ही व्यापार करना चाहते हैं पर इदा के मामले हो जाते हैं जिस तरह हम यूक्रेन सपोर्ट करता पे बइडन एडमिनिस्ट्रेशन इस करके रशिया पसंद नहीं आ रही और जो बाइडन कहें यूक्रेन असी सपोर्ट करना जारी रखते हाँ और जनवरी तो पहला पहल कुछ ना कुछ इदा फैसले कर लवेंगे खास करके असी फैसला करा नवंबर फाइव दलैक्शन तो बाद सो so, उदों तो तक अभी कुछ नहीं पता कि यूक्रेन किदा निभानी है यूनाइट स्टेट्स ऑफ अमेरिका ने खैर उन्होंने फंडस एंड पैसा तो दिता जा रहा है सो इस वक्त तो यूनाइट स्टेट्स ऑफ अमेरिका और रशिया के दे रिलेशन देखा जाए तो पुतिन बड़े स्ट्रोंग होकर ਯੂਕਰੇਨ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ 22 ਸਾਲ ਪਹਿਲਾਂ ਤਾਂ ਫਿਰ ਆਈਸੋਲੇਟ ਕਿਦਾਂ ਕੀਤਾ ਕਿ ਉਹਨਾਂ ਦੇ ਉੱਤੇ ਬੈਨਸ ਇਕਨੋਮੀ ਦੇ ਉੱਤੇ ਬੈਨਸ ਟ੍ਰੇਡ ਦੇ ਵਪਾਰ ਦੇ ਉੱਤੇ ਬੈਨਸ ਪੁਤਿਨ ਨੂੰ ਬਿਲਕੁਲ ਮਤਲਬ ਨਿਹੱਥਾ ਕਰਦੇ ਹੋ ਉਹਦੇ ਕੋਲ ਪੈਸੇ ਨਾ ਰਵੇ ਜੰਗ ਲੜਨ ਵਾਸਤੇ ਇਸ ਤਰ੍ਹਾਂ ਉਹਨਾਂ ਨੂੰ ਟੋਟਲੀ ਬੈਨ ਕੀਤਾ ਬਟ ਪੁਤਿਨ ਆਪਣੀ ਤਗੜਮ ਨਾਲ ਆਪਣੀ ਚਾਲ ਦੇ ਨਾਲ ਆਪਣੇ ਐਡਵਾਈਜ਼ਰਸ ਦੇ ਨਾਲ ਆਪਣੀ ਟੀਮ ਦੇ ਨਾਲ ਐਦਾਂ ਦੀ ਸਟ੍ਰੈਟਜੀ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ कि ਉਹਨਾਂ ਨੇ ਵੈਸਟ ਦੀ ਪੱਛਮੀ ਦੇਸ਼ਾਂ ਦੀ ਨਾਟੋ ਦੀ ਇਸ ਚਾਲ ਨੂੰ ਫੇਲ ਕਰ ਦਿੱਤਾ ਪਛਾੜ ਦਿੱਤਾ ਆਈਸੋਲੇਟ ਨਹੀਂ ਕਰ ਸਕੇ और दूसरा जो इंटरनेशनल क्रिमिनल कोर्टਾ ਉਹਦੇ ਵੱਲੋਂ ਪੁਤਿਨ ਦੇ ਖਿਲਾਫ ਜਾਰੀ ਕੀਤੇ ਗਏ ਨੇ ਅਰੈਸਟ ਵਾਰੰਟ ਕੁਝ ਇੱਕ ਦੇਸ਼ ਐਦਾਂ ਦੇ ਨੇ ਜੇ ਉਹਨਾਂ ਦੇਸ਼ਾਂ ਦੀ ਧਰਤੀ ਦੇ ਉੱਤੇ ਕਦਮ ਵੀ ਰੱਖਦੇ ਨੇ ਪੁਤਿਨ ਵਲਾਦੀਮੀਰ ਪ੍ਰੈਜ਼ੀਡੈਂਟ ਆਫ ਰਸ਼ੀਆ ਤਾਂ ਫੌਰਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਔਰ ਜੇਲ੍ਹ ਵਿੱਚ ਪਾ ਦਿੱਤਾ ਜਾਏਗਾ ਉਸ ਦੇਸ਼ ਦੀ ਉਹਨਾਂ ਸਾਰੇ ਦੇਸ਼ਾਂ ਦੀ ਲਿਸਟ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਜਾਰੀ ਕੀਤੀ ਗਈ ਹੈ ਇਸ ਕਰਕੇ ਪੁਤਿਨ ਉਹਨਾਂ ਕੰਟਰੀਜ਼ ਦੇ ਵਿੱਚ ਜਾਂਦੇ ਹੀ ਨਹੀਂ ਉੱਥੇ ਹੀ ਜਾਂਦੇ ਨੇ ਜਿੱਥੇ ਉਹ ਜਾ ਸਕਦੇ ਨੇ ਆਦਰਵਾਇਜ਼ ਅਵੋਇਡ ਕਰਦੇ ਨੇ ਸੋ ਉਹ ਅਰੈਸਟ ਵਾਰੰਟ ਵੀ ਉੱਥੇ ਕਿਤੇ ਹਜੇ ਪਏ ਹੋਏ ਨੇ ਸ਼ਾਇਦ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਕੋਰਟ ਵਿੱਚ ਹੀ ਪਏ ਹੋਏ ਨੇ ਕੌਣ ਜਾਏਗਾ ਉਹਨਾਂ ਨੂੰ ਸਰਵਿਸ ਕਰਵਾਉਣ ਵਾਸਤੇ ਸੋ ਇਹ ਹਾਲਾਤ ਇਸ ਵਕਤ ਬਣੇ ਹੋਏ ਨੇ ਤਾਂ ਗਲੋਬਲ ਮਾਰਕੀਟ ਵਿੱਚੋਂ ਰਸ਼ੀਆ ਦੀ ਇਕਨੋਮੀ ਨੂੰ ਕੱਟ ਆਫ ਕਰਨ ਵਾਸਤੇ ਜਿਹੜੀ ਚਾਲ ਚੱਲੀ ਗਈ ਉਹ ਵੀ ਫੇਲ ਹੋ ਗਈ ਔਰ ਅਰੈਸਟ ਤਾਂ ਹਜੇ ਤੱਕ ਨਹੀਂ ਹੋਏ ਵਿਲਾਦੀ ਮਿਰ ਪੁਤਿਨ ਔਰ ਲਗਦਾ ਵੀ ਨਹੀਂ ਕਿ ਅਰੈਸਟ ਹੋ ਸਕਤੇ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਇਹ ਸਮਨ ਜਾਂ ਇਹ ਆਰਐਸ ਵਾਰੰਟ ਕਿੱਥੇ ਇਸ ਵਕਤ ਇਹਦਾ ਸਟੇਟਸ ਆ ਇਹ ਉਹਨਾਂ ਨੂੰ ਹੀ ਪਤਾ ਹੋਵੇਗਾ ਹਜੇ ਇੰਟਰਨੈਸ਼ਨਲ ਡੋਮੇਨ ਦੇ ਵਿੱਚ ਇਹਦੇ ਬਾਰੇ ਕੋਈ ਚਰਚਾ ਨਹੀਂ ਹੈ ਪਰ ਇਹ ਇਲੈਕਸ਼ਨਜ਼ ਵੇਲੇ ਇੰਨਾ ਗੱਲਾਂ ਨੂੰ ਸਾਮਨੇ ਰੱਖਿਆ ਜਾ ਰਿਹਾ ਤੇ ਯੂਕਰੇਨ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਏਡ ਜ਼ਰੂਰ ਦੇ ਰਿਹਾ ਇਹ ਵੀ ਨਾਲ ਚੱਲਦਾ ਪਿਆ ਐਂਡ ਇਜ਼ਰਾਈਲ ਦੀ ਗੱਲ ਆਪਾਂ ਕਰ ਚੁੱਕੇ ਹਾਂ ਇਜ਼ਰਾਈਲ ਦੇ ਵਿੱਚ ਇਸ ਵਕਤ ਹਾਲਾਤ ਬੜੇ ਅਜੀਬ ਬਣੇ ਹੋਏ ਨੇ ਔਰ ਉਹਦੇ ਚ ਇਨਸਾਨਾਂ ਵਾਸਤੇ ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲ ਨਹੀਂ ਹੈ ਇਸ ਤਰ੍ਹਾਂ ਦੀ ਸਿਚੁਏਸ਼ਨ ਇਨਸਾਨਾਂ ਨੂੰ ਸੂਟ ਹੀ ਨਹੀਂ ਕਰਦੇ ਜੋ ਹਾਲਾਤ ਉੱਥੇ ਬਣੇ ਹੋਏ ਨੇ ਔਰ ਜੋ ਹਮਾਸ ਦੇ ਲੀਡਰ ਯਹਿਆ ਅਸਨਵਰਦਾ ਕਤਲ ਹੋਇਆ ਜੋ ਉਹਨੂੰ ਮਾਰ ਦਿੱਤਾ ਗਿਆ ਹੈ ਔਰ ਇੱਥੋਂ ਇੱਕ ਪ੍ਰਸ਼ਨ ਨਿਕਲਦਾ ਹੈ ਕਿ ਇਹ ਜਿਹੜੀ ਸਿੰਗਲ ਕਿਲਿੰਗ ਆ ਇਸ ਬੰਦੇ ਨੂੰ ਮਾਰ ਦੇਣਾ ਕਿ ਆ ਇਸ ਗੱਲ ਦਾ ਸੰਕੇਤ ਹੈ ਕਿ ਇਹ ਜਿਹੜੀ ਗਾਜ਼ਾ ਦੀ ਵਾਰ ਹੈ ਖਤਮ ਹੋ ਜਾਏਗੀ ਇਸ ਗੱਲ ਤੇ ਸਵਾਲ ਚੱਲਦਾ ਪਿਆ ਹੈ ਔਰ ਉਸ ਤੋਂ ਬਾਅਦ ਜਿਹੜੇ ਇਜ਼ਰਾਈਲ ਦੇ ਫੌਜੀ ਨੇ ਟਰੂਪਸ ਨੇ ਸੈਨਾਵਾਂ ਨੇ ਉਹ ਵਾਪਸ ਪਰਤ ਆਣ ਗਈਆਂ ਆਪਣੇ ਹੋਮਲੈਂਡ ਆਪਣੇ ਘਰ ਔਰ ਜੋ ਸਿਵਿਲੀਅਨਸ ਦੀ ਆਮ ਲੋਕਾਂ ਦੀ ਡੈਥ ਹੁੰਦੀ ਪਈ ਆ ਮਰਦੇ ਪਏ ਨੇ ਇਹ ਸਟਾਪ ਹੋ ਜਾਏਗਾ ਉਸ ਹਮਾਸ ਦੇ ਲੀਡਰ ਦੀ ਕਿਲਿੰਗ ਤੋਂ ਬਾਅਦ ਇਹਦਾ ਦਾ ਵਾਤਾਵਰਣ ਬਣ ਜਾਏਗਾ ਕਿ ਆਮ ਲੋਕਾਂ ਦੀ ਜ਼ਿੰਦਗੀ ਬਚ ਜਾਏ ਤਾਂ ਇਹਦਾ ਇੱਕ ਆਨਸਰ ਫਿਲਹਾਲ ਇਹ ਬਣਦਾ ਹੈ ਨੋ ਕਿਉਂਕਿ ਲੜਾਈ ਨਹੀਂ ਰੁਕੇਗੀ ਹਮਾਸ ਤੇ ਹਜ਼ਬੁੱਲਾ ਜੋ ਈਰਾਨ ਦਾ ਬੈਕਅਪ ਲੈ ਕੇ ਬੈਠੇ ਹੋਏ ਨੇ ਉਹਦਾ ਦੀ ਪ੍ਰੌਕਸੀ ਵਾਰ ਲੜਦੇ ਪਏ ਨੇ ਇਜ਼ਰਾਈਲ ਦੇ ਲਈ ਇਜ਼ਰਾਈਲ ਦੇ ਖਿਲਾਫ ਉਹ ਸਟਾਪ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਬੰਦੇ ਮਾਰੇ ਜਾ ਰਹੇ ਨੇ ਇਸ ਕਰਕੇ ਤਾਂ ਸੋਲੂਸ਼ਨ ਕੀ ਹੈ ਫਿਰ ਸਪੈਸ਼ਲ ਫੋਰਸਸ ਅਮਰੀਕਾ ਭੇਜੇ ਪੈਂਟਾਗਨ ਵੱਲੋਂ ਉਹ ਜਾ ਕੇ ਉੱਥੇ ਆਪਣਾ ਜੋਹਰ ਦਿਖਾਣ ਤੇ ਇਸ ਆਪ ਸਟਾਪ ਕਰਨ ਇਹ ਹੀ ਹੋ ਸਕਦਾ ਔਰ ਫਿਲਿਸ ਦੇ ਨੇ ਕਿਦਾਂ ਉਹਨਾਂ ਦਾ ਸਾਥ ਦੇਣਗੇ ਜੇ ਅਮਰੀਕਾ ਦੀਆਂ ਫੋਰਸੇਜ਼ ਉੱਥੇ ਜਾਂਦੀਆਂ ਨੇ ਔਰ ਫਿਲਸਤੀਨੀਆ ਨੂੰ ਕਿਦਾਂ ਰੈਜ਼ਿਸਟੈਂਸ ਦਿਖਾਣੀ ਚਾਹੀਦੀ ਹੈ ਇਹ ਵੀ ਸਵਾਲ ਬਣਦਾ ਕਿਉਂਕਿ ਉਹਨਾਂ ਦੇ ਜਿਹੜੇ ਬੰਦੇ ਅਰੈਸਟ ਹੁੰਦੇ ਨੇ ਆਮ ਪਬਲਿਕ ਦੇ ਵੀ ਜਿਹੜੇ ਇਜ਼ਰਾਈਲ ਦੀ ਆਰਮੀ ਦੇ ੱੱਕੇ ਛੜ ਜਾਂਦੇ ਨੇ ਹੱਥ ਚੜ੍ਹ ਜਾਂਦੇ ਨੇ ਉਹਨਾਂ ਨੂੰ ਉਹ ਸ਼ੀਲਡ ਵਾਕ ਨੇ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਅੱਗੇ ਖੜਾ ਕਰ ਦਿੰਦੇ ਨੇ ਪਿੱਛੋਂ ਲੜਦੇ ਨੇ ਆਪ ਉਹਨਾਂ ਨੂੰ ਔਕਿਓ ਔਕਿਆ ਥਾਵਾਂ ਤੇ ਚੀਜ਼ਾਂ ਲੈਣ ਭੇਜ ਦੇਣਗੇ ਵੀ ਮਰਨਗੇ ਤਾਂ ਉਹ ਮਰਨਗੇ ਅਸੀਂ ਕਿਉਂ ਮਰੀਏ ਐਸੇ ਵਾਤਾਵਰਣ ਦੇ ਵਿੱਚ ਕਿੱਦਾਂ ਰੈਜ਼ਿਸਟੈਂਸ ਕਰਨ ਕਿਦਾਂ ਰਿਟੈਲੀਏਟ ਕਰਨ ਜੇ ਅਮਰੀਕਾ ਦੀਆਂ ਫੋਰਸਿਸ ਸਪੈਸ਼ਲ ਫੋਰਸਿਸ ਆਉਂਦੀਆਂ ਨੇ ਉਹਨਾਂ ਦਾ ਸਾਥ ਕਿਵੇਂ ਦੇ ਸੋ ਇਸ ਵਕਤ ਲੋਕ ਵੀ ਮਰ ਰਹੇ ਨੇ ਲੋਕਾਂ ਨੂੰ ਮਾਰਿਆ ਵੀ ਜਾ ਰਿਹਾ ਹੈ ਲੁੱਟਿਆ ਵੀ ਜਾ ਰਿਹਾ ਹੈ ਤੇ ਰੇਪ ਵੀ ਹੋ ਰਿਹਾ ਹੈ ਔਰ ਇਸ ਵਾਤਾਵਰਣ ਦੇ ਵਿੱਚ ਜਿਹੜੇ ਛੋਟੇ-ਛੋਟੇ ਬੱਚੇ ਨੇ ਜਿਹੜੇ ਦੇਖਦੇ ਪੈ ਨੇ ਇਹ ਸਭ ਜੰਮਦੇ ਪੈ ਨੇ ਇਸ ਵਾਤਾਵਰਣ ਦੇ ਵਿੱਚ ਪਲ ਦੇ ਪੈਨੇਸ ਵਾਤਾਵਰਣ ਦੇ ਵਿੱਚ ਵੱਡੇ ਹੁੰਦੇ ਪੈਨੇਸ ਵਾਤਾਵਰਣ ਦੇ ਵਿੱਚ ਆਲੇ ਦੁਆਲੇ ਇਹ ਹੀ ਦੇਖਦੇ ਪੈਨੇ ਉਹਨਾਂ ਦੇ ਅੰਦਰ ਕਿੰਨੀ ਕੁ ਜ਼ਹਿਰ ਭਰੀ ਜਾ ਰਹੀ ਹੈ ਇਸ ਮਾਹੌਲ ਦੇ ਕਰਕੇ ਇਹ ਬਹੁਤ ਵਿਚਾਰਨ ਵਾਲੀ ਗੱਲ ਹੈ ਕਿ ਅੱਗੇ ਜਾ ਕੇ ਇਹ ਬੱਚੇ ਕੀ ਬਣਨਗੇ ਜੋ ਆਪਣੇ ਸਾਹਮਣੇ ਲਾਸ਼ਾਂ ਦੇਖਦੇ ਨੇ ਮਰਦੇ ਹੋਏ ਲੋਕਾਂ ਨੂੰ ਦੇਖਦੇ ਨੇ ਆਪਣੇ ਸਾਹਮਣੇ ਲੁੱਟਾਂ ਖੋਹਾਂ ਦੇਖਦੇ ਨੇ ਆਪਣੇ ਸਾਹਮਣੇ ਰੇਪ ਹੁੰਦੇ ਦੇਖਦੇ ਨੇ ਉਹਨਾਂ ਦੇ ਅੰਦਰ ਕੀ ਚੱਲਦਾ ਪਿਆ ਉਹ ਕਿਦਾਂ ਦਾ ਇਨਸਾਨ ਬਣੇਗਾ ਉਹ ਬੱਚਾ ਵੱਡਾ ਹੋ ਕੇ ਉਹ ਕੀ ਕਰੇਗਾ ਕਿ ਉਹਦੀ ਸੋਚ ਕਿਦਾਂ ਦੀ ਹੋਏਗੀ ਕਿਦਾਂ ਦਾ ਕ੍ਰਿਮੀਨਲ ਬਣੇਗਾ ਕੀ ਬਣੇਗਾ ਵੀ ਆਹੀ ਹੁੰਦੀ ਜ਼ਿੰਦਗੀ ਇਨਸਾਨ ਇਹੀ ਹੁੰਦੇ ਨੇ ਜਾਨਵਰ ਤੋਂ ਵੀ ਬਦਤਰ ਇਹ ਸਭ ਗੱਲਾਂ ਸਾਈਕੋਲੋਜਿਸਟ ਸੋਚਦੇ ਨੇ ਸੋਸ਼ਲ ਸਾਇੰਟਿਸਟ ਸੋਚਦੇ ਨੇ ਕਿਉਂਕਿ ਸੋਸਾਇਟੀ ਦਾ ਫੈਬਰਿਕ ਤਹਸਨਾਸ ਹੋ ਚੁੱਕਾ ਹੈ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਅਸੀਂ ਵੱਡੀਆਂ ਵੱਡੀਆਂ ਕਰ ਲਈਏ ਵੱਡੀਆਂ ਵੱਡੀਆਂ ਫੜਾਂ ਮਾਰ ਲਈਏ ਪਰ ਪ੍ਰੈਕਟੀਕਲ ਰਿਐਲਿਟੀ ਇਹੀ ਆ ਕਿ ਹਰ ਪਾਸੇ ਕਿਲਿੰਗ ਹੈ ਮਰਦੇ ਪੈਨੇ ਲੁੱਟਾਂ ਖੋਹਾਂ ਨੇ ਤੇ ਰੇਪ ਹੋ ਰਹੇ ਨੇ ਔਰ ਇਹਦੇ ਵਿੱਚ ਬੱਚੇ ਪਲਦੇ ਪੈਨੇ ਇਹ ਸਭ ਦੇਖਦੇ ਹੋਏ ਸੋ ਨੇਥਨ ਯਾਹੂ ਕਹਿੰਦੇ ਨੇ ਬੜੇ ਪਪੂਲਰ ਹੋ ਰਹੇ ਨੇ ਆਪਣੇ ਲੋਕਾਂ ਦੇ ਵਿੱਚ ਮਤਲਬ ਰੱਬ ਜਾਣੇ ਕਿੰਨੇ ਪਪੂਲਰ ਹੋ ਰਹੇ ਨੇ ਜਾਂ ਇਹ ਮੀਡੀਆ ਦੀ ਕ੍ਰੀਏਟ ਕੀਤੀ ਹੋਈ ਨੈਰੇਟਿਵ ਹੈ ਮੀਡੀਆ ਦੀ ਬਣਾਈ ਹੋਈ ਇੱਕ ਇਮੇਜ ਹੈ ਕਿਉਂਕਿ ਅਸੀਂ ਇਹ ਵੀ ਦੇਖਦੇ ਹਾਂ ਕਿ ਲੋਕੀ ਸੜਕਾਂ ਤੇ ਵੀ ਆਏ ਨੇਥਨ ਯਾਹੂ ਦੇ ਖਿਲਾਫ ਇਸ ਯੁੱਧ ਤੋਂ ਪਹਿਲਾਂ ਵੀ ਆਏ ਨੇਥਨ ਯਾਹੂ ਦੀ ਕਰਪਸ਼ਨ ਕਰਕੇ ਨੇਤਨ ਯਹੂਦ ਦੇ ਖਿਲਾਫ ਔਰ ਯੁੱਧ ਕਰਕੇ ਵੀ ਆਏ ਥੋੜੇ ਸਮਾਂ ਪਹਿਲਾਂ ਸੜਕਾਂ ਤੇ ਆਏ ਨੇਤਨ ਯਾਉ ਨਹੀਂ ਮੰਨਦੇ ਔਰ ਜਦੋਂ ਪਬਲਿਕ ਮਾਰੇ ਜਾਂਦੀ ਆ ਤਾਂ ਉਹਦੋਂ ਕਹਿੰਦੇ ਨੇ ਬਈ ਅਸੀਂ ਤੇ ਉਸ ਰਿਪੋਰਟ ਦੇ ਉੱਤੇ ਕੰਮ ਕਰਦੇ ਪਏ ਸੀ ਕਿ ਇੱਥੇ ਹਜ਼ਬੁੱਲਾ ਦੇ ਹਮਾਸ ਦੇ ਲੀਡਰ ਸ਼ੁਪੇ ਹੋਏ ਨੇ ਆਤਵਦਿ ਛੁਪੇ ਹੋਏ ਨੇ ਅਸੀਂ ਉਹਨਾਂ ਨੂੰ ਮਾਰਿਆ ਸਾਨੂੰ ਕੀ ਪਤਾ ਉਹਤੇ ਸਿਵਿਲਿਅਨਸ ਵੀ ਹੈਗੇ ਨੇ ਉਹ ਮਾਰੇ ਗਏ ਤੇ ਹੁਣ ਅਸੀਂ ਕੀ ਕਰੀਏ ਐਦਾਂ ਦੀਆਂ ਦਲੀਲਾਂ ਨੇ ਇਹ ਵੀ ਚੱਲਦਾ ਪਿਆ ਨਾਓ ਸਿਆਣੇ ਕਹਿੰਦੇ ਨੇ ਕਿ ਤੁਸੀਂ ਪੂਰੀ ਦੁਨੀਆ ਨੂੰ ਕੰਟਰੋਲ ਕਰਨ ਤੁਰੇ ਹੋਇਓ ਪਹਿਲਾਂ ਆਪਣੇ ਆਪ ਨੂੰ ਤੇ ਕੰਟਰੋਲ ਕਰ ਲਵੋ ਪੂਰੀ ਦੁਨੀਆ ਨੂੰ ਡਿਸਪਲਿਨਸ ਲਿਆਉਣਾ ਚਾਹੁੰਦੇ ਹੋ ਪਹਿਲਾਂ ਸੈਲਫ ਡਿਸਪਲਿਨਸ ਦੇ ਵਿੱਚ ਤਾਂ ਆ ਜਾਓ ਪੂਰੀ ਦੁਨੀਆ ਨੂੰ ਸੁਧਾਰਨ ਲੱਗੇ ਪਏ ਹੋ ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰ ਲਵੋ ਇਹ ਸਿਆਣੇ ਕਹਿੰਦੇ ਨੇ ਹੁਣ ਸਿਆਣਿਆਂ ਦੀ ਗੱਲ ਕੌਣ ਸੁਣਦਾ ਤੇ ਕੌਣ ਨਹੀਂ ਸੁਣਦਾ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਤੇ ਬਸ ਗੱਲ ਇਹ ਆ ਕਿ ਮੁੱਖ ਦੀ ਗੱਲ 100 ਹੱਥ ਰੱਸਾ ਸੇਰੇ ਤੇ ਗੰਢ ਕਿ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਸੰਗ ਪਾੜ-ਪਾੜ ਕੇ ਰੋਲਾ ਪਾਈ ਜਾਂਦਾ ਬਈ ਇਨਸਾਨੀਅਤ ਦੇ ਨਾਤੇ ਬੰਦ ਕਰੋ ਇਨਸਾਨਾਂ ਨੂੰ ਜਿੱਥੇ-ਜਿੱਥੇ ਸਹਾਇਤਾ ਦੀ ਲੋੜ ਹੈ ਉੱਥੇ ਸਹਾਇਤਾ ਪਹੁੰਚਾਓ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇੱਕ ਡਿਪਲੋਮੈਟਿਕ ਲੈਟਰ ਵੀ ਲਿਖਿਆ ਇਜ਼ਰਾਈਲ ਦੀ ਗਵਰਨਮੈਂਟ ਨੂੰ ਕਿ ਇਨਸਾਨੀਅਤ ਦੇ ਨਾਤੇ ਜਿੱਥੇ ਜਿੱਥੇ ਖਾਣਾ ਮਦਦ ਦਵਾਈਆਂ ਜੋ ਕੁਝ ਪਹੁੰਚਣਾ ਚਾਹੁੰਦੇ ਹੋ ਜ਼ਰੂਰ ਪਹੁੰਚਾਓ ਇਨਸਾਨੀ ਜ਼ਿੰਦਗੀ ਨੂੰ ਬਚਾਓ ਹਿਊਮਨ ਲਾਈਫ ਮੈਟਰਸ ਔਰ 30 ਦਿਨਾਂ ਦੇ ਅੰਦਰ ਇਹ ਸਭ ਕੁਝ ਕਰ ਦਿਓ ਔਰ ਮੈਨੂੰ ਰਿਪੋਰਟ ਕਰੋ ਨਹੀਂ ਤੇ ਫਿਰ ਅੱਗੇ ਤੋਂ ਮੈਂ ਤੁਹਾਨੂੰ ਸਪੋਰਟ ਨਹੀਂ ਕਰਨ ਵਾਲਾ ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇਜ਼ਰਾਈਲ ਦੀ ਗਵਰਨਮੈਂਟ ਨੂੰ ਚਿੱਠੀ ਲਿਖ ਦਿੱਤੀ ਹੁਣ ਇਹਦੇ ਉੱਤੇ ਕਿੰਨਾ ਕੰਮ ਹੋ ਰਿਹਾ ਇਹ ਰੱਬ ਜਾਣੇ ਕਿਉਂਕਿ ਮੀਡੀਆ ਰਿਪੋਰਟਸ ਨੂੰ ਫਿਲਟਰ ਕਰਕੇ ਦਿੰਦਾ ਹੈ ਜਿਹੜਾ ਪੂਰਾ ਕੰਟਰੋਲ ਹੈ ਗਵਰਨਮੈਂਟ ਦਾ ਮੀਡੀਆ ਦੇ ਉੱਤੇ ਸੱਚਾਈ ਨਹੀਂ ਆਂਦੀ ਬਾਹਰ ਇਸ ਕਰਕੇ ਅੰਦਰ ਖਾਤੇ ਦੀ ਨਿਊਜ਼ ਹੈ ਜੋ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਦੇ ਲੋਕੋ ਤੇ ਵਲੰਟੀਅਰਸ ਪਹੁੰਚੇ ਹੋਏ ਨੇ ਉਹ ਇਹ ਕਹਿ ਰਹੇ ਨੇ ਕਿ ਸਟਿਲ ਅੱਜ ਦੀ ਡੇਟ ਵਿੱਚ ਵੀ ਹਿਮੈਨਿਟੇਰੀਅਨ ਮਿਸ਼ਨਸ ਨਹੀਂ ਚਲਾਏ ਜਾ ਰਹੇ ਇਜ਼ਰਾਈਲ ਵੱਲੋਂ ਗਾਜ਼ਾ ਦੀ ਧਰਤੀ ਦੇ ਉੱਤੇ ਲਬਨਨ ਵਲ ਵੀ ਜਾਂ ਜਿੱਥੇ-ਜਿੱਥੇ ਵੀ ਮਦਦ ਦੀ ਲੋੜ ਹੈ ਇਜ਼ਰਾਈਲ ਨਹੀਂ ਭੇਜ ਰਿਹਾ ਮਦਦ ਉਹ ਸਜ਼ਾ ਦੇਣਾ ਚਾਹੁੰਦਾ ਹੈ ਫਿਲਸਤੀਨੀਆ ਨੂੰ ਹਮਾਸ ਦੇ ਗਰੁੱਪਸ ਨੂੰ ਹਜ਼ਬੁੱਲਾ ਦੇ ਗਰੁੱਪਸ ਨੂੰ ਔਰ ਆਮ ਲੋਕਾਂ ਨੂੰ ਸਜ਼ਾ ਆਪਣੇ ਆਪ ਮਿਲਦੀ ਪਈ ਹੈ ਕਿਉਂਕਿ ਐਦਾਂ ਦਾ ਐਟੀਟਿਊਡ ਹੈ ਨੇਤਨਯਾਹੁਦਾ ਇਜ਼ਰਾਈਲ ਦਾ ਇਹ ਉਥੋਂ ਦੇ ਯੂਨਾਈਟਿਡ ਨੇਸ਼ਨਸ ਦੇ ਪੀਸਕੀਪਰਸ ਵੋਲੰਟੀਅਰਸ ਰਿਪੋਰਟ ਕਰਦੇ ਨੇ ਕਿ ਉਹਨਾਂ ਦੇ ਆਪਣੇ ਬੇਸ ਕੈਂਪ ਦੇ ਉੱਤੇ ਵੀ ਹਮਲੇ ਕੀਤੇ ਜਾਂਦੇ ਨੇ ਇਜ਼ਰਾਈਲ ਦੀ ਆਰਮੀ ਵੱਲੋਂ ਤੇ ਅੱਗੋਂ ਕਿਹਾ ਜਾਂਦਾ ਕਿ ਤੁਸੀਂ ਇੱਥੋਂ ਚਲੇ ਜਾਓ ਤੁਸੀਂ ਸਾਡਾ ਇਲਾਕਾ ਛੱਡ ਕੇ ਚਲੇ ਜਾਓ ਸੋ ਇਨਾ ਹਾਲਾਤਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਹਿਮੈਨਿਟੀ ਕਿੱਥੇ ਖੜੀ ਹੈ ਔਰ ਇਹ ਸਿਚੁਏਸ਼ਨ ਨਾਰਮਲ ਸਿਚੁਏਸ਼ਨ ਨਹੀਂ ਹੈ ਕਿਸੇ ਵੀ ਇਨਸਾਨ ਵਾਸਤੇ ਯੂਐਸ ਦੀਆਂ ਇਲੈਕਸ਼ਨਸ ਆਪਣੇ ਪੂਰੇ ਜੋਬਨ ਤੇ ਨੇ ਤੇ ਇਹਦੇ ਵਿੱਚ ਇੱਕ ਨਵੀਂ ਚੀਜ਼ ਫਿਗਰ ਆਊਟ ਹੋ ਕੇ ਆ ਰਹੀ ਹੈ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ 1 ਮਿਲੀਅਨ ਡਾਲਰ ਅ ਰੋਜ਼ ਰਜਿਸਟਰਡ ਵੋਟਰ ਨੂੰ ਬਿਨਾ ਨਾਗਾ ਦੇਣੇ ਪਏ ਨੇ ਦੇ ਹੀ ਜਾਂਦੇ ਨੇ ਤੇ ਸਵਾਲ ਤਾਂ ਉੱਠਣਾ ਹੀ ਨੇ ਨਾ ਕਿ ਜਿਹੜਾ ਇਲੈਕਸ਼ਨ ਲਾਅ ਹੈ ਉਹ ਕੀ ਕਹਿੰਦਾ ਜੋ ਲੀਗਲ ਟਰਮਸ ਨੇ ਲੀਗਲ ਸਾਰੇ ਬਣੇ ਹੋਏ ਖਾਕੇ ਨੇ ਟਾਂਚੇ ਨੇ ਫਰੇਮਵਰਕ ਨੇ ਜੋ ਇਲੈਕਸ਼ਨਸ ਨੂੰ ਹੈਂਡਲ ਕਰਦੇ ਨੇ ਉਹ ਕੀ ਕਹਿੰਦੇ ਨੇ ਇਹ ਸਾਰਾ ਐਕਸਰਸਾਈਜ਼ ਜੋ ਐਲਨ ਮਸਕ ਕਰਦੇ ਪੈਨੇ ਪੈਸੇ ਵੰਡਦੇ ਪੈਨੇ ਸਿੱਧੀ ਸਾਦੀ ਭਾਸ਼ਾ ਇਹ ਇਲਲੀਗਲ ਹੈ ਕਿ ਲੀਗਲ ਹੈ ਇਹ ਮਨੀ ਜੋ ਲੋਕਾਂ ਦੇ ਜੇਬ ਦੇ ਵਿੱਚ ਜਾ ਰਹੀ ਆ ਇਹ ਇਲਲੀਗਲ ਮਨੀ ਆ ਕਿ ਲੀਗਲ ਮਨੀ ਆ ਕਿਤੇ ਇਹ ਡਾਰਕ ਮਨੀ ਤਾਂ ਨਹੀਂ ਹੈਗੀ ਇਕਯੂਵਮੈਂਟ ਦੇ ਪੈਨੇ ਕਾਨੂੰਨ ਇਹਦੀ ਇਜਾਜ਼ਤ ਦਿੰਦਾ ਟੀਮ ਵਾਲਸ ਕਹਿੰਦੇ ਨੇ ਕਿ ਰਿਪਬਲਿਕਨਸ ਕੋਲ ਕੋਈ ਪਲਾਨ ਨਹੀਂ ਹੈ ਰਿਪਬਲਿਕਨਸ ਖਾਲੀ ਨੇ ਇਸ ਕਰਕੇ ਪੈਸੇ ਦੇ ਸਹਾਰੇ ਜਿੱਤਣਾ ਚਾਹੁੰਦੇ ਨੇ ਇਹ ਤਾਂ ਸਿੱਧੀ ਸਾਦੀ ਗੱਲ ਹੋ ਗਈ ਵੋਟਾਂ ਖਰੀਦਣ ਵਾਲੀ ਗੱਲ ਹੋ ਗਈ ਪੈਸੇ ਦਿਓ ਵੋਟ ਖਰੀਦੋ ਪੈਸੇ ਦਿਓ ਵੋਟ ਖਰੀਦੋ ਫਰੀ ਬੀਜ਼ ਪੋਲਿਟਿਕਸ ਜਿਵੇਂ ਆਪਾਂ ਅਕਸਰ ਕਹਿੰਦੇ ਆ ਡੋਨਲਡ 트ੰਪ ਕਹਿੰਦੇ ਨੇ ਕਿ ਬਿਜਲੀ ਦੇ ਬਿੱਲ ਅੱਧੇ ਕਰ ਦੇਣੇ ਨੇ ਔਰ ਐਲਨ ਮਸਕ ਰੋਜ਼ ਦੇ 1 ਮਿਲੀਅਨ ਡਾਲਰ ਵੰਡਣ ਲੱਗੇ ਪਏ ਨੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ ਬਾਈ ਅਫੋਰਡ ਕਰ ਸਕਦੇ ਨੇ ਬਟ ਕਿਉਂ ਇਹ ਵੋਟਾਂ ਖਰੀਦਣ ਵਾਲੀ ਗੱਲ ਹੋ ਜਾਂਦੀ ਹੈ ਇਹ ਇਲੀਗਲ ਹੈ ਕਿ ਲੀਗਲ ਹੈ ਇਹ ਗੱਲਾਂ ਡਿਬੇਟ ਵਿੱਚ ਆ ਚੁੱਕੀਆਂ ਨੇ ਔਰ ਕੋਰਟ ਦੇ ਵਿੱਚ ਹੋ ਸਕਦਾ ਹੈ ਕੋਈ ਕੇਸ ਵੀ ਫਾਈਲ ਹੋ ਜਾਵੇ ਇਸ ਪ੍ਰੈਕਟਿਸ ਦੇ ਉੱਤੇ ਨਾਓ ਦਾ ਥਿੰਗ ਇਜ਼ ਕਿ ਐਲਨ ਮਸਕ ਇੰਨੇ ਮਿਹਰਬਾਨ ਕਿਉਂ ਹੋਏ ਹੋਏ ਨੇ ਇੰਦਾ ਪੈਸੇ ਕਿਉਂ ਵੰਡਣ ਲੱਗੇ ਪਏ ਨੇ ਮਤਲਬ ਲਟਾਉਣ ਲੱਗੇ ਪਏ ਨੇ ਵਾਈ ਕੀ ਚਾਹੀਦਾ ਉਹਨਾਂ ਨੂੰ ਡੋਨਲਡ ਟਰੰਪ ਕੋਲੋਂ ਡੋਨਲਡ ਟਰੰਪ ਜੇ ਸੈਕੰਡ ਟਾਈਮ ਬਣ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਜੋ ਕਿ ਇੱਕ ਬਿਗ ਕੁਐਸਚਨ ਹੈ ਕਿ ਅਮਰੀਕਾ ਆਪਣੀ ਫਰਸਟ ਲੇਡੀ ਪ੍ਰੈਜ਼ੀਡੈਂਟ ਨੂੰ ਹਾਸਲ ਕਰਨ ਜਾ ਰਿਹਾ ਹੈ ਜਾਂ ਡੋਨਲਡ ਟਰੰਪ ਦੀ ਸੈਕੰਡ ਪਾਰੀ ਨੂੰ ਹਾਸਲ ਕਰਨ ਜਾ ਰਿਹਾ ਹੈ ਸਾਂ ਸੇ ਡੋਨਲਡ ਟਰੰਪ ਬਣਦੇ ਨੇ ਜੇ 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 ਦੇ ਉੱਤੇ ਸਰਕਲ ਲਗਾਉਣਾ ਕਿਉਂਕਿ ਹਦੇ ਜੇ ਹੈ ਜੇ ਬਣਦੇ ਨੇ ਸੈਕੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਐਲਾਨ ਮਸਕ ਨੂੰ ਕੀ ਚਾਹੀਦਾ ਕੀ ਬੈਨੀਫਿਟਸ ਚਾਹੀਦਾ ਆਪਣੇ ਬਿਜ਼ਨਸ ਵਾਸਤੇ ਕਿਹੜੀਆਂ ਪਾਲਿਸਿਸ ਚਾਹੀਦੀਆਂ ਨੇ ਉਹ ਕਿਹੜੇ ਕੰਮ ਨੇ ਜਿਹੜੇ ਡੋਨਲਡ ਟਰੰਪ ਕੋਲੋਂ ਕਰਵਾਉਂਦੇ ਨੇ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਐਵੇਂ ਹੀ ਪੈਸੇ ਦਾ ਕੋਈ ਇਨਵੈਸਟ ਨਹੀਂ ਨਾ ਕਰਦਾ ਉਹਦੇ ਬਦਲੇ ਕੁਝ ਚਾਹੁੰਦਾ ਇੱਕ ਤਾਂ ਪਹਿਲਾਂ ਗੱਲ ਆਈ ਸੀ ਨਾ ਕਿ ਫੈਡਰਲ ਰਿਜ਼ਰਵ ਦੀਆਂ ਜਿਹੜੀਆਂ ਸਾਰੀਆਂ ਏਜੰਸੀਜ਼ ਜਾਂ ਜਿਹੜੇ ਵੀ ਇੰਸਟੀਚੂਨਸ ਨੇ ਉਹਨਾਂ ਦੇ ਉੱਤੇ ਇੱਕ ਆਡਿਟ ਵਾਸਤੇ ਕਮਿਸ਼ਨ ਬਣਾਇਆ ਜਾਵੇ ਜੋ ਆਡਿਟ ਕਰੇਗਾ ਫालतू ਦੇ ਖਰਚੇ ਬਚਾਏਗਾ ਟ੍ਰਿਲੀਅਨ ਡਾਲਰਸ ਬਚਾਏਗਾ ਆਫੀਸ਼ਲ ਸਟੇਟਮੈਂਟ ਹੈ ਡੋਨਲਡ ਟਰੰਪ ਦੀ ਤਾਂ ਉਸ ਕਮਿਸ਼ਨ ਦਾ ਹੈਡਕੌਨ ਹੋਏਗਾ ਐਲਨ ਮਸਕ ਕਿਉਂਕਿ ਆਈਡੀਆ ਉਹਨਾਂ ਦਾ ਹੈ ਹੁਣ ਇਹਦੇ ਪਿੱਛੇ ਕੀ ਸਾਰੀ ਗੇਮ ਹੈ ਇਹ ਤੇ ਉਹ ਜਾਣਨ ਜਿੰਨਾਂ ਨੇ ਗੇਮ ਰਚੀ ਹੈ ਆਮ ਪਬਲਿਕ ਨੂੰ ਨਹੀਂ ਪਤਾ ਸੋ ਇਹ ਗੱਲਾਂ ਕੁਝ ਇਦਾਂ ਦੀਆਂ ਨੇ ਕਿ ਇਹਦਾ ਅਨਸਰ ਕਬਰਾਟ ਜੀ ਪੈਦਾ ਕਰਦਾ ਕਿ ਇਹ ਕੀ ਗੇਮ ਕੀ ਹੋ ਸਕਦੀ ਹੈ क्योंकि जॉब मार्केट गल के लेबर मार्केट लूज हो रही है जॉब मार्केट टाइट हो रही है लोगों जॉब्स जा रही ने इनफ्लेन भी काफ़ी है महंगाई काफ़ी है हालांकि एक्सपर्ट कहते कि कुछ ना कुछ स्लो डाउन हो ही है इस करके फेडरल रिजर्व ने दो बार कट्स लीते हैं या सिंगल बार कट्स लीते हैं और सैकेंड टाइम से ਇਕ ਸੰਕੇਤ ਦਿੱਤਾ ਕਿ ਕਿ ਸੈਕਿੰਡ ਟਾਈਮ ਵੀ ਕਟ ਲੈ ਸਕਦੇ ਆ ਕਿਉਂਕਿ ਜੌਬ ਮਾਰਕੀਟ ਨੂੰ ਸਟੇਬਲ ਕਰਨਾ ਹੈ ਇਹ ਸਾਰੀਆਂ ਸਿਚੁਏਸ਼ਨਸ ਨੇ। ਔਰ ਹਰ ਰੋਜ਼ ਨੰਬਰ ਆਫ ਅਮਰੀਕਨਸ ਗਿਣਤੀ ਵਧਦੀ ਪਈ ਆ ਅਮਰੀਕਨਸ ਦੀ ਔਰ ਐਪਲੀਕੇਸ਼ਨ ਦਿੰਦੇ ਪੈ ਰਹੇ ਨੇ ਕਿ ਮੈਨੂੰ ਅਨਇੰਪਲੋਇਮੈਂਟ ਦਾ ਜਿਹੜਾ ਬੈਨੀਫਿਟ ਹੈ ਉਹ ਚਾਹੀਦਾ ਹੈ। ਅਨਇੰਪਲੋਇਡ ਨੂੰ ਜਿਹੜੇ ਸਰਕਾਰ ਵੱਲੋਂ ਬੈਨੀਫਿਟਸ ਮਿਲਦੇ ਨੇ ਉਹਦੇ ਵਾਸਤੇ ਐਪਲੀਕੇਸ਼ਨ ਦਿੰਦੇ ਪੈ ਰਹੇ ਨੇ ਬਿਕਾਜ਼ ਜੌਬ ਜਾ ਚੁੱਕੀ ਹੈ ਔਰ ਜੌਬ ਕਿਤੇ ਛੇਤੀ ਮਿਲਦੀ ਨਹੀਂ ਪਈ। ਠੀਕ ਹੈ ਨਾ? ਦੇ ਕੈਨ ਨਾਟ ਲੈਂਡ ਇਨ ਨਿਊ ਜੌਬਸ ਆ ਇੱਕ ਸਿਚੁਏਸ਼ਨ ਬਣੀ ਪਈ ਹੈ ਸੋ ਇਸ ਸੁਕਤ ਪਿਛਲੇ 2.5 ਸਾਲਾਂ ਤੋਂ ਜਿਹੜੀ ਅਨਇੰਪਲੋਇਮੈਂਟ ਹੈ ਉਹਦਾ ਰੇਟ ਹਾਈ ਹੋਇਆ ਵਧੀ ਐਨੀ ਮਾੜੀ ਵੀ ਸਿਚੁਏਸ਼ਨ ਨਹੀਂ ਹੈ ਕਿ ਪੈਨਿਕ ਕ੍ਰੀਏਟ ਕਰਕੇ ਬਹਿ ਜਾਓ ਬਟ ਜੋ ਸਿਚੁਏਸ਼ਨ ਹਾਲਾਤ ਨੇ ਜੋ ਫੈਕਟਸ ਨੇ ਉਹਨਾਂ ਨੂੰ ਵੀ ਕਨਸੀਡਰ ਕਰਨਾ ਚਾਹੀਦਾ ਕਬੂਤਰ ਵਕਣ ਅੱਖਾਂ ਬੰਦ ਕਰਕੇ ਨਹੀਂ ਬੈਠ ਜਾਣਾ ਚਾਹੀਦਾ ਨਹੀਂ ਤਾਂ ਬਿੱਲੀ ਚ ਪੱਟਾ ਵਾਰ ਜਾਂਦੀ ਹੈ ਇਸ ਕਰਕੇ ਅਲਰਟ ਰਹਿਣਾ ਜ਼ਰੂਰੀ ਆ ਸਿਚੁਏਸ਼ਨ ਅਲਾਰਮਿੰਗ ਆ ਕੋਈ ਇਹ ਨਹੀਂ ਕਿ ਪੈਨਿਕ ਵਾਲੀ ਵੀ ਨਹੀਂ ਆ ਤੇ ਕੋਈ ਹੱਥ ਤੇ ਹੱਥ ਧਰ ਕੇ ਬਹਿਣ ਵਾਲੀ ਵੀ ਨਹੀਂ ਆ ਅਲਾਰਮਿੰਗ ਆ ਇਸ ਕਰਕੇ ਅਲਰਟ ਰਹਿਣਾ ਚਾਹੀਦਾ ਕਿਉਂਕਿ ਜੋ ਲੇਬਰ ਮਾਰਕੀਟ ਦਾ ਇਨਫਲੇਸ਼ਨ ਅ ਮਹਿੰਗਾਈ ਹੈ ਇਹਦਾ ਜਿਹੜਾ ਆਪਸ ਦਾ ਕਨੈਕਸ਼ਨ ਹੈ ਇਸ ਨੂੰ ਮੇਨਟੇਨ ਕਰਨ ਵਾਸਤੇ ਬੈਲੈਂਸ ਕਰਨ ਵਾਸਤੇ ਫੈਡਰਲ ਰਿਜ਼ਰਵ ਨੇ ਸੈਪਟੈਂਬਰ ਦੇ ਵਿੱਚ ਰੇਟ ਕੱਟਸ ਕੀਤੇ ਔਰ ਉਸ ਤੋਂ ਬਾਅਦ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟ ਨੇ पैसा लगाना पैसा क्डना स्टॉक मार्केट शेयर मार्केट इनवैसटर्स क्योंकि ये भी कितना कितने प्रभाव कर पाँदे ने एकोनमी के उनमी तो नहीं एकोनमी का एक हिस्सा ने पर एक खास इंपॉर्टेंट हिस्सा ने और यदा खास इंपॉर्टेंट ही असर पैदा है एकोनमी के उत्तर यह भी असर पाँदे ने और इन्होंने भी कुछ सिग्नल दते ने एडिशनल रेट कट्स दिया नवंबर तो दिसंबर एक होएगा कि नहीं होएगा कैन नॉट से बट इस वक्त ये हालात ਬਣੇ ਹੋਏ ਨੇ ਕਿ ਟਾਈਟਾ ਕਮ ਟਾਈਟਾ ਮਹਿੰਗਾਈ ਕਹਿੰਦੇ ਨੇ ਕਿ ਅੱਗੇ ਨਾਲੋਂ ਘਟਦੀ ਪਈ ਆ ਬਟ ਉਸ ਪ੍ਰੈਸ਼ਰ ਦੇ ਨਾਲ ਔਰ ਉਸ ਸਪੀਡ ਦੇ ਨਾਲ ਨਹੀਂ ਜਿਹੜੀ ਡਿਮਾਂਡ ਹੈ ਪਬਲਿਕ ਦੀ ਕਿਉਂਕਿ ਅਫੋਰਡ ਨਹੀਂ ਕਰ ਸਕਦੀ ਅਮਰੀਕਾ ਦੀ ਇਕਨੋਮੀ ਇਸ ਵਕਤ ਇਸ ਚੀਜ਼ ਦਾਟ ਇਜ਼ ਵਾਈ ਉਹਦੇ ਸੇ ਪੁਆਇੰਟ ਦੇ ਦ ਕਮਲਾ ਹੈਰਿਸ ਡੋਨਲਡ ਟਰੰਪ ਇਸ ਨੂੰ ਮੁੱਦਾ ਬਣਾ ਕੇ ਇਲੈਕਸ਼ਨਸ ਦੇ ਵਿੱਚ ਉਤਰੇ ਹੋਏ ਨੇ ਇਕਨੋਮੀ ਇੱਕ ਇੰਪੋਰਟੈਂਟ ਮੁੱਦਾ ਬਣਿਆ ਹੋਇਆ और जो फाइनैशियल एक्सपर्ट्स ने उन्हों की राय यह आ अपने सारे कोलीग्स के वास्ते भी जेडे फैडरल रिजर्व डील करते हैं बाकी फाइनैशियल इंस्टीट्यूशन डील करते हैं बैंक ऑफ अमेरिका हो गया तमाम तरह के उन्होंने वास्ते राय आ कि वेट एंड सी पूरी दुनिया की कहती so है पूरे हालात की बनते हैं उसके मुताबिक देखा रेट कट्स करते हैं की करते हैं सो इस वक्त सिचुएशन ये बनी हुई है ऑफकोर्स यू एस दी इकोनमी थोड़ी स्लो डाउन है 2025 ਦੇ ਵਿੱਚ ਵੀ ਇਹਨੇ ਸলো ਡਾਊਨ ਹੋਣਾ ਹੈ ਬਟ ਇਨਫਲੇਸ਼ਨ ਐਦਾਂ ਨਹੀਂ ਕਿ ਮੰਦੀ ਨਾ ਇਹ ਫਿਰ ਪੈਨਿਕ ਵਾਲੀ ਸਿਚੁਏਸ਼ਨ ਹੋ ਜਾਏਗੀ ਓਵਰ ਰਿਐਕਸ਼ਨ ਹੋ ਜਾਏਗੀ ਮੰਦੀ ਨਹੀਂ ਆਉਂਦੀ ਇਟ ਇਜ਼ ਸ਼ੂਰ 100% 100% ਸ਼ੂਰ ਨੋ ਮੰਦੀ ਸলো ਡਾਊਨ ਜ਼ਰੂਰ ਹੋ ਸਕਦਾ ਹੈ ਔਰ ਉਹ ਕਹਿੰਦੇ ਨੇ ਹੋਣਾ ਵੀ ਹੈ ਐਕਸਪਰਟਸ ਮੰਨਦੇ ਨੇ ਕਿਉਂਕਿ ਚਾਹ ਕਮਲਾ ਹੈਰਿਸ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਚਾਹੇ ਬਣਨ ਡੋਨਲਡ ਟਰੰਪ ਇਸ ਸলো ਡਾਊਨ ਫੋਰ ਸ਼ੂਰ ਇਨੈਵਿਟੇਬਲ ਟਾਲਿਆ ਨਹੀਂ ਜਾ ਸਕਦਾ ਇਹਦਾ ਮਤਲਬ ਇਹ ਹੈ ਕਿ ਜੇ ਅਸੀਂ 10 ਦੀ ਸਪੀਡ ਤੇ ਚੱਲਦੇ ਪਏ ਹਾਂ ਤੇ 8 ਦੀ ਤੇ ਆ ਜਾਾਂਗੇ 7 ਦੀ ਤੇ ਆ ਜਾਾਂਗੇ 6 ਦੀ ਤੇ ਆ ਜਾਾਂਗੇ ਬਸ ਥੋੜੀ ਦੇਰ ਬਾਅਦ ਫੇਰ ਸਪੀਡ ਹੋ ਜਾਏਗੀ ਇਹ ਸਮਝ ਲਓ ਕਿ ਰੋਡ ਦੇ ਉੱਤੇ ਗੱਡੀ ਲੈ ਕੇ ਜਾਂਦੇ ਪਏ ਆਂ ਟ੍ਰੈਫਿਕ ਜ਼ਿਆਦਾ ਹੋ ਗਿਆ ਭਾਈ ਸਪੀਡ ਘੱਟ ਕਰ ਲਓ ਜਦੋਂ ਰੋਡ ਕਲੀਅਰ ਹੋ ਜਾਏਗੀ ਫੇਰ ਸਪੀਡ ਫੜ ਲਾਂਗੇ ਇਹ ਤਾਂ ਚੱਲਦਾ ਇਕਨੋਮੀ ਐ ਇਦਾਂ ਹੀ ਆ ਕਦੀ ਤੇਜ਼ੀ ਤੇ ਕਦੀ ਟਾਊਨ ਇਦਾਂ ਹੀ ਚਲਦੀਆਂ ਨੇ ਇਹ ਵੇਵਸ ਚਲਦੀਆਂ ਰਹਦੀਆਂ ਨੇ ਬਟ ਮਾਰਕੀਟ ਨਾਲੋਂ ਵੱਖਰੀ ਹੁੰਦੀ ਆ ਇਕਨੋਮੀ ਆ ਪਾਕ ਅਕਸਰ ਗੱਲ ਕਰਦੇ ਆ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਇਜ਼ ਮਾਰਕੀਟ ਇਟ ਇਜ਼ ਨੋਟ ਇਕਨੋਮੀ ਇਕਨੋਮੀ ਆਪਣੇ ਆਪ ਦੇ ਵਿੱਚ ਇੱਕ ਅਲੱਗ ਯੂਨਿਟ ਆ ਇੱਕ ਵੱਖਰਾ ਕਨਸੈਪਟ ਉਹਦੇ ਸਾਰੇ ਆ ਜਾਂਦੇ ਨੇ ਸਟਾਕ ਮਾਰਕੀਟ ਤੇ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਉਹ ਆਣਗੇ ਨਾ ਜਿਨ੍ਹਾਂ ਦੀ ਜੇਬ 'ਚ ਪੈਸੇ ਹੈਗੇ ਆ ਜਿਹੜੇ ਮਾਰਕੀਟ ਖੇਡ ਸਕਦੇ ਨੇ ਪਰ ਇਕਨੋਮੀ ਦੇ ਵਿੱਚ ਤਾਂ ਉਹ ਵੀ ਆਣਗੇ ਜਿਹੜੇ ਜੌਬਲੈਸ ਨੇ ਜਿਹੜੇ ਐਪਲੀਕੇਸ਼ਨਾਂ ਦਿੰਦੇ ਪਏ ਨੇ ਵੀ ਸਾਨੂੰ ਅਨਇੰਪਲੋਇਮੈਂਟ ਦੇ ਬੈਨੀਫਿਟ ਚਾਹੀਦੇ ਨੇ ਉਹ ਵੀ ਲੋਕ ਨੇ ਜਿਹੜੇ ਸਟੇਟ ਦੀ ਮਦਦ ਦੇ ਉੱਤੇ ਜੀਉਂਦੇ ਨੇ ਜਿਹੜੇ ਕੁਝ ਵੀ ਕਮਾਉਂਦੇ ਨਹੀਂ 노 ਇਨਕਮ ਗਰੁੱਪ ਲੋ ਇਨਕਮ ਗਰੁੱਪ ਮੀਡਲ ਕਲਾਸ ਰਿਚ ਕਲਾਸ ਵੀ ਉਹਦੇ ਚ ਆਏਗੀ ਉਹਦੇ ਇੱਥੇ ਸਭ ਕੁਝ ਹੀ ਆ ਗਿਆ ఎవਰੀਥਿੰਗ ਹੋਮਲੈਸ ਵੀ ਆਣਗੇ ਇਕਨੋਮੀ ਦੇ ਵਿੱਚ ਸਾਰੇ ਹੀ ਆਣਗੇ ਪਰ ਮਾਰਕੀਟ ਦੇ ਵਿੱਚ ਉਹ ਹੀ ਆਣਗੇ ਜਿੱਦੀ ਜੇਬ ਚ ਪੈਸੇ ਉਹਦੇ ਚ ਹੋਮਲੈਸ ਕੀ ਕਰਨ ਜਾਏਗਾ ਜੌਬਲੈਸ ਕੀ ਕਰਨ ਜਾਏਗਾ 노 ਇਨਕਮ ਗਰੁੱਪ ਕੀ ਕਰਨ ਜਾਏਗਾ ਜੇਬ ਵਿੱਚ ਪੈਸਾ ਹੀ ਨਹੀਂ ਹੈਗਾ ਮਾਰਕੀਟ ਖੇਡਣ ਵਾਸਤੇ ਦੈਟ ਇਜ਼ ਵਾਈ ਮਾਰਕੀਟ ਇਜ਼ ਅ ਡਿਫਰੈਂਟ ਸਟੋਰੀ ਇਕਨੋਮੀ ਇਜ਼ ਆਲ ਟੂਗੇਦਰ ਅ ਡਿਫਰੈਂਟ ਸਟੋਰੀ ਇਕਨੋਮੀ ਵੱਖਰੀ ਹੁੰਦੀ ਹੈ ਮਾਰਕੀਟ ਵੱਖਰੀ ਹੁੰਦੀ ਹੈ ਥੈਟ ਇਜ਼ ਦ ਬਿਗ ਡਿਫਰੈਂਸ ਔਰ ਜੇ ਇਹ ਥੋੜੇ ਸਲੋ ਡਾਊਨ ਆਉਂਦੇ ਨੇ ਮਾਰਕੀਟ ਕਰਕੇ ਇਕਨੋਮੀ ਦੇ ਉੱਤੇ ਉਹਦਾ ਅਸਰ ਪੈ ਸਕਦਾ ਹੈ ਜੌਬ ਮਾਰਕੀਟ ਤੇ ਪੈ ਸਕਦਾ ਹੈ ਸੋ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਹੀ ਸਾਨੂੰ ਆਪਣੇ ਖਰਚੇ ਆਪਣੀਆਂ ਸੇਵਿੰਗਸ एवरीथिंग ਧਿਆਨ ਚ ਰੱਖਣਾ ਪੈਣਾ ਜਦੋਂ ਸਮਾਂ ਬੀਤ ਜਾਂਦਾ ਹੈ ਜਿਹਨੂੰ ਕਹਦੇ ਹੋ ਕਿ ਇੱਕ ਨਾਈਟਮੇਅਰ ਹੈ ਥੋੜਾ ਜਿਹਾ ਬੁਰਾ ਵਕਤ ਹੈ ਜਦੋਂ ਬੀਤ ਜਾਂਦਾ ਫਿਰ ਉਸ ਤੋਂ ਬਾਅਦ ਬੱਲੇ ਬੱਲੇ ਸਭ ਠੀਕਾ ਪਰ ਬੁਰਾ ਵਕਤ ਕੋਈ ਨਹੀਂ ਹੁੰਦਾ ਬਿਕੋਜ਼ ਐਵਰੀ ਐਕਸਪੀਰੀਅੰਸ ਇਜ਼ ਅ ਗੁੱਡ ਐਕਸਪੀਰੀਅੰਸ ਇਹ ਸਿਆਣੇ ਕਹਿੰਦੇ ਯਾ ਹਰ ਤਰ੍ਹਾਂ ਦਾ ਤਜਰਬਾ ਵਧੀਆ ਤਜਰਬਾ ਹੁੰਦਾ ਸਾਨੂੰ ਸਿਖਾ ਕੇ ਹੀ ਜਾਂਦਾ ਔਰ ਉਸ ਤੋਂ ਸਿੱਖਣਾ ਵੀ ਚਾਹੀਦਾ ਸੋ ਇਸ ਵਕਤ ਇਕਨੋਮੀ ਦੇ ਇਹ ਹਾਲਾਤ ਬਣੇ ਹੋਏ ਨੇ ਵਰਲਡ ਮਾਰਕੀਟ ਦੀ ਇਹ ਹਾਲਾਤ ਬਣੇ ਹੋਏ ਨੇ ਕਿ ਇਸ ਪੂਰੀ ਦੁਨੀਆ ਦੇ ਵਿੱਚ ਹੀ ਇਹ ਹਾਲ ਨੇ ਕਿਉਂਕਿ 2024 ਦਾ ਸਾਲ ਇਲੈਕਸ਼ਨ ਨੀਅਰ ਹੈ ਇਸ ਕਰਕੇ ਇਨਵੈਸਟਰਸ ਬਹੁਤ ਆ ਕਿਤੇ ਇਨਵੈਸਟ ਕਰਦੇ ਨਹੀਂ ਭਏ ਕਿ ਦੇਖੋ ਇੱਕ ਕੀ ਬਣਦਾ ਸਾਰਾ ਮਾਹੌਲ ਕਿਤੇ ਸਾਡਾ ਪੈਸਾ ਹੀ ਨਾ ਕਿਤੇ ਡੁੱਬ ਜਾਏ ਇਸ ਕਰਕੇ ਉਹ ਪੈਸਾ ਬਚਾ ਕੇ ਰੱਖਦੇ ਪਏ ਨੇ ਪ੍ਰੋਪਰ ਇਨਵੈਸਟਮੈਂਟਸ ਨਹੀਂ ਹੈਗੀਆਂ ਇਸ ਕਰਕੇ ਸਾਰੀ ਦੁਨੀਆ ਦੀ ਇਕਨੋਮੀ ਦਾ ਇਹ ਹੀ ਹਾਲ ਆ। ਔਰ ਜਦੋਂ ਨਵੰਬਰ 5 ਦੇ ਇਲੈਕਸ਼ਨਸ ਤੋਂ ਬਾਅਦ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਸੁਧਾਰ ਪੋਸੀਬਲ ਹੈਗੇ ਨੇ ਕਿਉਂਕਿ ਫਿਰ ਇਨਵੈਸਟਰਸ ਖੁੱਲ ਕੇ ਬਾਹਰ ਆਣਗੇ ਨੇ ਅਭੀ ਹੋ ਗਿਆ। ਸਾਰੇ ਰਿਜ਼ਲਟ ਸਾਰੀਆਂ ਦੇਸ਼ਾਂ ਦੇ ਰਿਜ਼ਲਟਸ ਆ ਗਏ ਸਾਰੇ ਦੇਸ਼ਾਂ ਦੀਆਂ ਗਵਰਨਮੈਂਟਸ ਬਣ ਗਈਆਂ। ਹੁਣ ਦੇਖੋ ਫਿਰ ਇੰਟਰਨੈਸ਼ਨਲ ਪਾਲਿਸੀ ਕੀ ਬਣਦੀ ਹੈ, ਬਿਜ਼ਨਸ ਦੀ, ਪੋਲਿਟਿਕਸ ਦੀ। ਔਰ ਇੱਕ ਖਾਸ ਇੰਪੋਰਟੈਂਟ ਗੱਲ ਸਾਰੇ ਮੁੱਦਿਆਂ ਵਿੱਚੋਂ ਨਿਕਲ ਗਈ ਆਪਾਂ ਉਮਰ ਦੀ ਗੱਲ ਵੀ ਕਰ ਚੁੱਕੇ ਆ ਜੋ ਬਾਈਡਨ ਡੋਨਲਡ ਟਰੰਪ ਔਰ ਕੰਬਲਾ ਹੈਰਿਸ ਨੇ ਦਾ ਆਪਣਾ 60ਵਾਂ ਜਨਮ ਦਿਨ ਮਨਾਇਆ ਉਹਨਾਂ ਨੂੰ ਹਾਂ ਸਾਡੇ ਪਲੇਟਫਾਰਮ ਤੋਂ ਵੀ ਹੈਪੀ ਬਰਥਡੇ ਅਸੀਂ ਜ਼ਰੂਰ ਕਹਨੇ ਆ ਯਾ ਔਰ ਇੱਕ ਗੱਲ ਜੋ ਖਾਸ ਕਰਕੇ ਕਹੀ ਜਾਂਦੀ ਹੈ ਕੰਬਲਾ ਹੈਰਿਸ ਬਾਰੇ ਕਿ ਇਹ ਜਿਹੜੀ ਇੱਕ ਲੋਬੀ ਹੈ ਨਾ ਦੇਸ਼ ਨੂੰ ਚਲਾਉਂਦੀ ਆ ਉਹਦੇ ਹੱਥਾਂ ਦੀ ਕਟਪੁਤਲੀ ਨੇ haris is the first artificial intelligence candidate ai candidate eh gall kahi jandi fresh pehla ta bahut gallan hoyian twist and turns flip flop u turn mar deya girgidwa kan rang badal de ne har thaan te ja ke change ho jande ne accent tak change kar lende ne tamam gallan hor bhi jo apan nahi ginn sakde pata nahi kinni gallan par eh gall fresh a ke ਕਟ ਪੁਤਲੀ ਨੇ ਉਹਨਾਂ ਹੱਥਾਂ ਦੀ ਜਿਹੜੇ ਇਸ ਦੇਸ਼ ਨੂੰ ਪਿੱਛੇ ਬੈ ਕੇ ਗੇਮ ਖੇਡਦੇ ਨੇ ਉਹ ਲੌਬੀ ਜਿਹੜੀ ਹੈਗੀ ਜਿਹਨੂੰ ਡੀਪ ਸਟੇਟ ਕਿਹਾ ਜਾਂਦਾ ਸ਼ੀ ਇਜ਼ ਅ ਪਰਫੈਕਟ ਪੁਪਟ ਅਤੇ ਇੱਕ ਨਵੀਂ ਗੱਲ ਆਈ ਹੈ ਹੈਰਿਸ ਇਜ਼ ਦਾ ਫਰਸਟ ਆਰਟੀਫੀਸ਼ੀਅਲ ਇੰਟੈਲੀਜੈਂਸ ਕੈਂਡੀਡੇਟ AI ਕੈਂਡੀਡੇਟ ਉਹਨੇ तमाम ਗੱਲਾਂ ਜਿੰਨੇ ਮੂੰਹ ਉਹਨੀਆਂ ਗੱਲਾਂ ਔਰ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਕੀ ਹੈ ਕਿ ਤੋਂ ਉਹ ਯੂ ਜਾਣਣ ਜਿਹੜੇ ਗੱਲਾਂ ਕਰਦੇ ਨੇ ਜਾਂ ਫਿਰ ਇਸ ਨੂੰ ਕੇਸ ਸਟਡੀ ਬਣਾ ਕੇ ਜੋ ਇਹਦੀ ਖੋਜ ਕਰਨਾ ਚਾਹੁੰਦੇ ਉਹ ਖੋਜ ਕਰਨ ਦੇਖਣ ਬਈਏ ਕੀ ਗੱਲ ਹੈ ਤੇ ਕੀ ਬਾਤ ਹੈ ਕਿਉਂਕਿ ਸਵਾਲ ਹੈ ਦੇਸ਼ ਦੇ ਫਿਊਚਰ ਦਾ ਅਮਰੀਕਾ ਦੇ ਫਿਊਚਰ ਦਾ ਸਵਾਲ ਹੈ ਤੁਹਾਡੇ ਆਪਣੇ ਫਿਊਚਰ ਦਾ ਤੁਹਾਡੇ ਆਪਣੇ ਸਰਵਾਈਵਲ ਦਾ ਤੁਹਾਡੀ ਆਪਣੀ ਫਰੀडम ਦਾ ਜੇ ਦੇਸ਼ ਸਰਵਾਈਵ ਕਰਦਾ ਹੈ ਦੇਸ਼ ਦੇ ਵਿੱਚ ਫਰੀडम ਹੈ ਤਾਂ ਹੀ ਤੁਸੀਂ ਸਰਵਾਈਵ ਕਰ ਸਕਦੇ ਹੋ ਤੁਹਾਡੇ ਕੋਲ ਫਰੀडम ਹੈ ਤੁਹਾਡਾ ਭਵਿੱਖ ਅਮਰੀਕਾ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ ਤੁਸੀਂ ਕੀ ਆਪਣੇ ਵਿਚਾਰ ਰੱਖਦੇ ਹੋ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਇੰਡੀਆ ਇੰਟਰਨੈਸ਼ਨਲ ਮੈਂ ਹਸਨਜੀਵ ਯਸ਼ਕੰਨਾ ਸਤਿ ਸ੍ਰੀ ਅਕਾਲ